بسم الله نحمده ونصلي ونسلم على رسوله الكريم أما بعد فأعوذ بالله من الشيطان الرجيم بسم الله الرحمن الرحيم محمد الرسول الله صلى الله عليه وسلم محمد الرسول الله صلى الله عليه وسلم صدق الله مولانا العظيم وبلغنا رسوله النبي الكريم الأمين ونحن على ذلك لمن الشاهدين والشاكرين والحمد لله رب العالمين قال الله تعالى في شان حبيبه مخبرا وآمرا إن الله وملائكته يصلون على النبي يا أيها الذين آمنوا صلوا عليه وسلموا تسليما الصلاة والسلام عليك يا رسول الله وعلى آلك وأصحابك يا حبيب الله الصلاة والسلام عليك يا سيدي يا رسول الله وعلى آلك وأصحابك يا سيدي حضرات محترم برخوردار مولانا ابرار احمد صاحب ابرار ساڈے پنڈ دا برخوردار ہے اور بڑا ہونہار دین دا طالب علم ہے تے ابرار دے استاد محترم حضرت قبلہ خادمی صاحب ابرار دے بھی استاد نے تے میرے بھی استاد نے حضرت خادمی صاحب کولوں میں ابتدائی کتاباں آپ دے کول میں پڑھیاں نے تو ابرار میرا استاد پائی یہ اللہ تعالی خادمی صاحب نوں صحت کاملہ عطا فرمائے اور اہل سنت و جماعت ہوتے آپ دا سایہ دراز فرمائے علماء لغت فرماندے نے کہ اجڑنا حروف الف با تا سا حروف ابجد حرف نے جڑے حرف الف با تا سا اجڑے حروف نے انہاں دا اپنا اپنا ایک مخرج ہے ہر حرف او دا اپنا اپنا ادائیگی دا ایک مخرج ہے کہ انہوں انج ادا کرنا ہے اور حروف دی ادائیگی دا الگ ایک علم ہے جنہوں علم تجوید کہنے ہیں کہ تلفظ کنج ادا کرنا ہے تو حروف ابجد جڑے نے انہاں دی اپنے اپنے اپنی تاثیراں نے حرفاں دیاں اور انہاں حرفاں وچوں حروف ابجد جڑے نے ایک حرف ہے میم حروف ابجد وچ ایک حرف ہے میم تے میم نوں اہل محبت کہندے نے اے میم ہے جڑا اے حرف محبت ہے میم حرف محبت ہے وہ آندے نے دی ثبوت ہے کہ محبت ہے جڑی محبت ایدی انتہا محبت دی بوس ہے کسی نال چاہت ہوندی لگن ہوندی کھچ ہوندی یا سکھ ہوندی اور درجے ودھدے 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 پھر عشق آؤں دا ہے پھر سودا تک آؤں دی گل
ਤੇ ਇਹ ਜਿਹੜੇ ਹਰਫ ਨੇ ਮੀਮ ਇਹਨੂੰ ਕਹਿੰਦੇ ਨੇ ਹਰਫੇ ਮੁਹੱਬਤ। ਕਿਉਂ? ਕਿ ਮੁਹੱਬਤ ਦੀ ਜਿਹੜੀ ਇੰਤਹਾ ਹੈ ਉਹ ਹੈ ਬੋਸਾ। ਜਿਹਦੇ ਅਗਰ ਇਹ ਜਜ਼ਬਾ ਅੱਲਾਹ ਤਾਲਾ, ਬਲਕਿ ਮੈਂ ਦੁਆ ਕਰਦਾ ਕਿ ਅੱਲਾਹ ਸਭ ਨੂੰ ਇਹ ਜਜ਼ਬਾ ਅਤਾ ਫਰਮਾਏ ਮੁਹੱਬਤ। ਸਰਕਾਰ ਨੇ ਫਰਮਾਇਆ ਅਲਾ ਲਾ ਈਮਾਨ ਲਿਮਨ ਲਾ ਮੁਹੱਬਤ ਅਲਾ ਓ ਕਮਾ ਕਾਲ। ਹਜ਼ੂਰ ਨੇ ਫਰਮਾਇਆ ਜਿਹਦੇ 'ਚ ਮੁਹੱਬਤ ਨਹੀਂ ਉਹਦੇ 'ਚ ਈਮਾਨ ਹੀ ਨਹੀਂ। ਅਲਾ ਲਾ ਈਮਾਨ ਲਿਮਨ ਲਾ ਮੁਹੱਬਤ ਅਲਾ, ਮੁਹੱਬਤ ਈਮਾਨ ਹੈ, ਜਿਹਦੇ 'ਚ ਮੁਹੱਬਤ ਨਹੀਂ ਈਮਾਨ ਹੀ ਨਹੀਂ। ਇਹ ਤਾਂ ਸਰਕਾਰ ਨੇ ਫਰਮਾਇਆ। ਮੁਹੱਬਤ ਜਿਹੜੀ ਇੱਕ ਐਸਾ ਪਿਆਰਾ ਜਜ਼ਬਾ ਹੈ, ਮੁਕੱਦਸ ਜਜ਼ਬਾ ਹੈ ਮੁਹੱਬਤ, ਜਿਹਨੂੰ ਇਹ ਨਸੀਬ ਹੋ ਜਾਏ ਉਹ ਨਸੀਬ ਵਾਲਾ ਹੈ, ਜਿਹਨੂੰ ਇਹ ਜਜ਼ਬਾ ਮਿਲ ਜਾਏ ਉਹ ਨਸੀਬਾਂ ਵਾਲਾ ਹੈ। ਤੋ ਉਹ ਕਹਿੰਦੇ ਨੇ ਮੀਮ ਹਰਫੇ ਮੁਹੱਬਤ ਦੇ ਸਬੂਤ ਇਹ ਵੇ ਕਿ ਮੁਹੱਬਤ ਦੀ ਇੰਤਹਾ ਹੈ ਬੋਸਾ। ਮੁਹੱਬਤ ਦਾ ਅਖੀਰ ਜਦੋਂ ਹੁੰਦਾ ਤਾਂ ਬੰਦਾ ਚੁੰਮਦਾ ਹੈ ਬਈ ਇੱਕ ਚੀਜ਼ ਨੂੰ ਤਾਂ ਲਗਨ ਹੈ, ਪਿਆਰ ਹੈ ਤੁਹਾਡੇ ਹੱਥ 'ਚ, ਮਸਲ ਆਇਆ ਇੱਕ ਮਹਿਬੂਬ ਦਾ ਖਤ ਹੈ, ਅਤੇ ਉਹ ਮਗਲੂਬ ਹੋ ਕੇ ਜਜ਼ਬਾਤ ਤੋਂ ਇਨਸਾਨ ਚੁੰਮਦਾ ਹੈ ਇਹ ਮਹਿਬੂਬ ਦਾ ਖਤ ਹੈ। ਕੁਰਾਨ ਚੁੰਮਦੇ ਹਾਂ ਅਤੇ ਮੁਹੱਬਤ 'ਚ ਮਜਬੂਰ ਹੋ ਕੇ ਕੁਰਾਨ ਚੁੰਮਦੇ ਹਾਂ। ਅਤੇ ਇਹ ਜਿਹੜਾ ਬੋਸਾ ਹੈ ਇਹ ਮੁਹੱਬਤ ਦੀ ਇੰਤਹਾ ਹੈ। ਮੁਹੱਬਤ ਹੋਏ ਤਾਂ ਬੋਸ ਐਵੇਂ ਨਹੀਂ, ਇਹ ਤੋ ਤੈਬਾ ਕੀ ਮੁਹੱਬਤ ਕਾ ਅਸਰ ਹੈ, ਵਰਨਾ ਕੌਣ ਰੋਤਾ ਹੈ ਤੇ ਲਿਪਟ ਕਰ ਦਰ ਦੀਵਾਰ ਕੇ ਸਾਥ। ਇਹ ਤੋ ਤੈਬਾ ਕੀ ਮੁਹੱਬਤ ਕਾ ਅਸਰ ਹੈ, ਵਰਨਾ ਕੌਣ ਰੋਤਾ ਹੈ ਲਿਪਟ ਕਰ ਦਰੋ ਦੀਵਾਰ ਕੇ ਸਾਥ। ਹਮ ਚਲੇਂਗੇ ਸੂਏ ਮਹਸ਼ਰ ਸ਼ਹਿ ਅਬਰਾਰ ਕੇ ਸਾਥ, ਕਾਫਲਾ ਹੋਗਾ ਰਵਾਂ ਕਾਫਲਾ ਸਾਦਾਰ ਕੇ ਸਾਥ। ਇਹ ਤੋ ਤੈਬਾ ਕੀ ਮੁਹੱਬਤ ਕਾ ਅਸਰ ਹੈ, ਵਰਨਾ ਕੌਣ ਰੋਤਾ ਹੈ ਲਿਪਟ ਕਰ ਦਰੋ ਦੀਵਾਰ ਕੇ ਸਾਥ। ਤੋ ਮੁਹੱਬਤ ਜਿਹੜੀ ਮੀਮ ਇਹ ਹਰਫੇ ਮੁਹੱਬਤ ਹੈ, ਜਿਹਦੇ ਜਿੱਥੇ ਜਿੱਥੇ ਮੁਹੱਬਤ ਹੈ ਨਾ ਉੱਥੇ ਮੀਮ ਹੈ, ਜਿੱਥੇ ਜਿੱਥੇ ਅੱਲਾ ਨੇ ਮੁਹੱਬਤ ਰੱਖੀ ਹੈ ਨਾ ਉੱਥੇ ਮੀਮ ਹੈ। ਦੇਖ ਲਓ ਮਾਂ, ਮਾਂ ਜਿਹੜਾ ਅੱਲਾ ਮੁਹੱਬਤ ਦੀ ਇੰਤਹਾ ਹੈ, ਮਾਂ ਵਿੱਚ ਮੀਮ ਹੈ। ਉਰਦੂ 'ਚ ਮਾਂ ਹੈ, ਅਰਬੀ 'ਚ ਉਮ, ਇਹਦੇ ਦੋ ਮੀਮਾਂ ਨੇ, ਮੀਮ ਹੈ ਉਮ, ਕਿਉਂਕਿ ਮੁਹੱਬਤ ਜੇ ਮੁਹੱਬਤ ਹੈ ਨਾ ਉਮ ਮਾਂ। ਔਰ ਜੇ ਮਾਂ ਜੇ ਬਹੁਤੀ ਬਹੁਤੀ ਪੜ੍ਹੀ ਲਿਖੀ ਹੋ ਜਾਏ ਤਾਂ ਮੰਮੀ, ਉਮ ਤੋਂ ਮੰਮੀ, ਅਤੇ ਮੰਮੀ ਵਿੱਚ ਵੀ ਵੇਖ ਲਓ ਮੀਮਾਂ ਨੇ, ਉਹ ਭਾਵੇਂ ਜਨਾਬ ਉਹ ਟੈਡੀ ਕਰ ਲਏ ਲੇਕਿਨ ਲੇਕਿਨ ਮਾਂ ਤਾਂ ਹੈ ਨਾ ਉਹਦੀ। ਤੋ ਮੁਹੱਬਤ ਹੈ ਜਿਹੜੀ, ਮੁਹੱਬਤ ਹਜ਼ਰਤ ਈਸਾ ਅਲੈਹ ਸਲਾਮ ਦਾ ਇੱਕ ਜੁਮਲਾ ਕੌਰ ਹੈ, ਯਸੂ ਮਸੀਹ ਫਰਮਾਉਂਦੇ ਨੇ ਕਿ ਖੁਦਾ ਮੁਹੱਬਤ ਹੈ, ਮੁਹੱਬਤ ਖੁਦਾ ਹੈ। ਹਜ਼ਰਤ ਈਸਾ ਦਾ ਕੌਰ ਹੈ, ਖੁਦਾ ਮੁਹੱਬਤ ਹੈ, ਮੁਹੱਬਤ ਖੁਦਾ ਹੈ। ਤਾਂ ਅੱਗੇ ਮੁਹੱਬਤ ਦੇ ਫਿਰ ਕਈ ਰੂਪ ਨੇ, ਮੁਹੱਬਤ ਮਾਂ ਦੀ ਮੁਹੱਬਤ, ਬਾਪ ਦੀ ਮੁਹੱਬਤ, ਭਰਾ ਦੀ ਮੁਹੱਬਤ, ਭੈਣ ਦੀ ਮੁਹੱਬਤ, ਬੀਵੀ ਦੀ ਮੁਹੱਬਤ। ਅੱਛਾ, ਇਹ ਮੁਹੱਬਤਾਂ ਦੇ ਮਦਾਰਿਜ ਨੇ। ਫਿਰ ਵਤਨ ਦੀ ਮੁਹੱਬਤ, ਈਮਾਨ ਦੀ ਮੁਹੱਬਤ, ਖੁਦਾ ਦੀ ਮੁਹੱਬਤ, ਰਸੂਲ ਦੀ ਮੁਹੱਬਤ। ਅੱਛਾ, ਤੋ ਮੁਹੱਬਤ ਜਿਹੜੀ ਮੀਮ ਜਿਹੜਾ ਹੈ, ਮੀਮ ਹਰਫੇ ਮੁਹੱਬਤ,
ਜਿੱਥੇ ਮੀਮ ਹੈ ਉੱਥੇ ਮੁਹੱਬਤ ਹੈ। ਦੇ ਦੋ ਮਾਂ ਮਾਤਾ, ਅੱਛਾ ਮਦਰ ਇੰਗਲਿਸ਼ ਵਿੱਚ ਮਦਰ ਹੈ, ਉਹਦੇ 'ਚ ਐਮ ਇਹ ਵੀ ਮੀਮ ਹੈ। ਮਾਦਰ ਫਾਰਸੀ ਵਿੱਚ, ਇਹਦੇ 'ਚ ਮੀਮ ਹੈ। ਜਿੱਥੇ ਮੀਮ ਹੈ ਉੱਥੇ ਮੁਹੱਬਤ ਹੈ। ਅੱਲਾ ਨੇ ਕਮਲੀ ਵਾਲੇ ਦੇ ਨਾਂ ਵਿੱਚ ਤਰੇ ਮੀਮਾਂ ਰੱਖੀਆਂ ਹਨ। ਤਿੰਨ ਮੀਮਾਂ ਨੇ ਸਰਕਾਰ ਦੇ ਨਾਮ ਵਿੱਚ, ਦੂਸਰੀ ਮੀਮ ਮੁਸ਼ੱਦਦ ਹੈ, ਮੀਮ ਦਾ ਮੀਮ ਵਿੱਚ ਇਤਗਾਮ ਹੈ। ਤੋ ਜਿੱਥੇ ਮੀਮ ਹੈ ਉੱਥੇ ਮੁਹੱਬਤ ਹੈ। ਤੇ ਨਬੀ ਪਾਕ ਦਾ ਅੱਲਾ ਪਾਕ ਨੇ ਨਾਮ ਹੀ ਐਸਾ। ਅੱਛਾ ਦੂਜੀ ਗੱਲ ਇਹ, ਹਜ਼ੂਰ ਦੇ ਨਾਮ ਦੀਆਂ ਹਿਕਮਤਾਂ, ਅੱਲਾ ਨੂੰ ਇਲਮ ਸੀ, ਅੱਲਾ ਨੂੰ ਇਲਮ ਸੀ ਕਿ ਆਸ਼ਕਾਂ ਨੇ ਜਦੋਂ ਅਜ਼ਾਨ ਸੁਣਨਾ ਮੇਰੇ ਮਹਿਬੂਬ ਦਾ ਨਾਂ, ਇਹਨਾਂ ਅੰਗੂਠੇ ਚੁੰਮਣੇ ਨੇ, ਦੀਵਾਨੇ ਚੁੰਮਦੇ ਨੇ। ਅੱਲਾ ਨੂੰ ਇਲਮ ਸੀ ਕਿ ਇਹਨਾਂ ਅੰਗੂਠੇ ਚੁੰਮਣੇ ਨੇ, ਅਤੇ ਇਹ ਵੀ ਇਲਮ ਸੀ ਵੀ ਕਈਆਂ ਨਹੀਂ ਚੁੰਮਣੇ। ਕਈਆਂ ਕਹਿਣਾ ਚਲ ਇਹ ਅਮਰ ਜਿਹੜਾ ਹੈ ਬੇਦਤ ਹੈ, ਅਮਰ ਬੇਕਾਰ ਹੈ। ਅੱਲਾ ਨੇ ਫਰਮਾਇਆ ਜਿਹਨੇ ਨਹੀਂ ਚੁੰਮਣੇ ਮੈਂ ਉਹਦੇ ਕੋਲ ਵੀ ਚੁੰਮਵਾ ਲੈਣਾ, ਇਹ ਨਾ ਉਦੋਂ ਤੱਕ ਅਦਾ ਹੀ ਨਹੀਂ ਹੋਣਾ ਜਦ ਤੱਕ ਲਬ ਲਬਾਂ ਨੂੰ ਚੁੰਮ ਨਾ ਲੈ। ਲਬ ਲਬਾਂ ਨੂੰ ਜਦ ਤੱਕ ਚੁੰਮ ਨਾ ਲੈਣ ਤੇ ਮੁਹੰਮਦ ਦਾ ਲਫ਼ਜ਼ ਤਲਫੁਜ਼ ਹੀ ਨਹੀਂ ਹੋ ਸਕਦਾ। ਮੁਹੰਮਦ ਹੈ ਮਤਾਏ ਆਦਮੇ ਈਜਾਦ ਸੇ ਪਿਆਰਾ, ਪਿਦਰ ਮਾਦਰ ਬਰਾਦਰ ਜਾਨ ਮਾਲ ਔਲਾਦ ਸੇ ਪਿਆਰਾ, ਮੁਹੰਮਦ ਕੀ ਮੁਹੱਬਤ ਦੀਨ ਹੱਕ ਕੀ ਸ਼ਰਤ ਅਵਲ ਹੈ, ਇਸੀ ਮੇਂ ਹੋ ਅਗਰ ਖਾਮੀ ਤੋ ਸਭ ਕੁਛ ਨਾ ਮੁਕੰਮਲ ਹੈ। ਹਫੀਜ਼ ਸਾਹਿਬ ਦਾ, ਹਫੀਜ਼ ਰੰਦਰੀ। ਮੁਹੰਮਦ ਹੈ ਮਤਾਏ ਆਲਮੇ ਈਜਾਦ ਸੇ ਪਿਆਰਾ, ਮੁਹੰਮਦ ਮੁਹੰਮਦ ਹੈ ਮਤਾਏ ਆਲਮੇ ਈਜਾਦ ਸੇ ਪਿਆਰਾ, ਪਿਦਰ ਮਾਦਰ ਬਰਾਦਰ ਜਾਨ ਮਾਲ ਔਲਾਦ ਸੇ ਪਿਆਰਾ, ਪਿਦਰ ਮਾਦਰ ਬਰਾਦਰ ਜਾਨ ਮਾਲ ਔਲਾਦ ਸੇ ਪਿਆਰ, ਔਰ ਮੁਹੰਮਦ ਕੀ ਮੁਹੱਬਤ ਦੀਨ ਹੱਕ ਕੀ ਸ਼ਰਤ ਅਵਲ ਹੈ, ਇਸੀ ਮੇਂ ਹੋ ਅਗਰ ਖਾਮੀ ਤੋ ਸਭ ਕੁਛ ਨਾਮੁਕੰਮਲ ਹੈ। ਮੁਹੰਮਦ ਬਿਲਾ ਇਖਤਿਆਰ ਹਜ਼ੂਰ ਦਾ ਇਸਨੇ ਗਿਰਾਮੀ ਆਏ ਤੇ ਹਜ਼ੂਰ ਫਰਮਾਉਂਦੇ ਨੇ ਜਿਹੜਾ ਮੇਰੇ ਤੇ ਦਰੂਦ ਨਹੀਂ ਪੜ੍ਹਦਾ ਬਖੀਲ ਹੈ, ਬਖੀਲ ਹੈ, ਉਹਨੇ ਬੁਖਲ ਕੀਤਾ। ਮੁਹੰਮਦ ਸੱਲੱਲਾਹੁ ਸਾਬਾ ਕੋ ਸੱਲੱਲਾਹੁ, ਸਾਰੀ ਦੁਨੀਆ ਕਾ ਰਖਵਾਲਾ ਅਹਿਮਦ ਕਾਲੀ ਕਮਲੀ ਵਾਲਾ, ਨਾਮ ਉਸਕਾ ਇੰਜੀਲ ਮੇਂ ਆਇਆ ਸਭ ਨੇ ਉਸਕਾ ਪਤਾ ਬਤਾਇਆ, ਸਾਦਾ ਜਿਸ ਕਾ ਰਹਿਣਾ ਸਹਿਣਾ ਸ਼ਾਨ ਕੀ ਲੇਕਿਨ ਕਿਆ ਕਹਿਣਾ, ਅਰਸ਼ ਬਰੀ ਪਰ ਜਾਣੇ ਵਾਲਾ ਉਮਤ ਕਾ ਬਖਸ਼ਾਨੇ ਵਾਲਾ, ਤਖਤ ਵੀ ਉਸਕਾ ਤਖਤ ਵੀ ਉਸਕਾ ਤਾਜ ਵੀ ਉਸਕਾ, ਦੋਨੋ ਜਹਾਂ ਮੇਂ ਰਾਜ ਵੀ ਉਸਕਾ, ਸੱਲੱਲਾਹੁ ਅਲੈਹਿ ਵਸੱਲਮ। ਕੋਈ ਵੀ ਮਹਿਰੂਮ ਨਾ ਰਹੇ ਹਜ਼ੂਰ ਦਾ ਤਸੱਵਰ ਲੈ ਕੇ, ਸਰਕਾਰ ਦੀ ਬਜ਼ਮੀ 'ਚ ਆਏ ਹਾਂ, ਹਜ਼ੂਰ ਦੀ ਮਹਿਫਲ 'ਚ ਬੈਠੇ ਹਾਂ, ਗੁੰਬਦ ਖਜ਼ਰਾ ਦਾ ਤਸੱਵਰ ਲੈ ਕੇ
और दुआ करो नसीब हो जाए कदी कदी कन्या बह के ते अखां मीट के ते गुंबदे खदरा सामने रख के कदी हजूर नूं याद करके वेख लज्जत किन्नी है। सल्लल्लाहु अलैहि वसल्लम सल्लल्लाहु सारी दुनिया का रखवाला अहमद काली कमली वाला नाम उसका इंजील में आया सबने उसका पता बताया सादा जिसका रहना सहना शान उसकी लेकिन क्या कहना अर्शे बरी पर जाने वाला उम्मत का बख्शाने बा तख्त भी उसका ताज भी उसका दोनों जहां में राज भी उसका सल्लल्लाह आप फरमाते ने सच्ची बात बताते ये हैं सीधी राह चलाते ये हैं सच्ची बात बताते ये हैं सीधी राह चलाते ये रब मोती है ये है कासिम रिज़्क़ उसका है खिलाते ये और ठंडा ठंडा मीठा मीठा कोका कोला नहीं जामे कौसर ठंडा ठंडा मीठा मीठा पीते हम हैं पिलाते ये इन्ना आतैना कल कौसर सारी कसरत पाते ये हैं सल्लल्लाहु बेदम वारसी बेदम वारसी बेदम बोले बेदम कहंदा आई नसीमे कुए मुहम्मद मदीने दी ठंडी हवा आई नसीमे कुए मुहम्मद खिंचने लगा दिल सुए मुहम्मद खिंचने लगा दिल सुए मुहम्मद तूबा की जानिब तकने वालो आंखें खोलो होश संभालो काबे का काबा कुए मोहम्मद सल्लल्लाहु सल्लल्लाहु अलैहि वसल्लम तो अर्ज़े नीम हरफ मुहब्बत है जिथे जिथे मुहब्बत है उथे मीम है ते अल्लाह ने अपने महबूब के नाम त्रै मीमा रखियां गोया फितरत का इशारा है कि मैं तुहानू रसूल वो अता फरमाया जड़ा है ही मेरी मुहब्बत है। अच्छा फिर मुहब्बत भी देखो ना मजे की गल मुहब्बत भी रंग होंगे ना प्यो की भी मुहब्बत है मां की भी मुहब्बत है औलाद नाल औलाद नाल प्यो भी प्यार करता है मां भी लेकिन तुसां देखा होगा भी मुहब्बत च फर्क है प्यो उदों लाड करता है जदों पुत्र बड़ा सोहना लगता हो छोटा बच्चा उन्हें सुरमा पाया है उन्हें मां ने कंघी की तो उन्हें फर्स्ट क्लास जनाब उन्हें उन्हें कपड़े पहनाए ने तो बाप मुहब्बत आके झुमद मेरा साहबजादा उन्हें प्यार करता है
ਉਹ ਬੱਚਾ ਜਿਹਨੂੰ ਇੰਨੇ ਲਾਡ ਪਿਆ ਕਰਦਾ ਸੀ ਉਹਨੇ ਉਹ ਪਿਸ਼ਾਬ ਕਰ ਦੀ, ਬੱਚਾ ਪਿਸ਼ਾਬ ਕਰ ਦਿੰਦਾ, ਉਹਨੇ ਪਿਸ਼ਾਬ ਜਿਸ ਵੇਲੇ ਕੀਤਾ ਤੇ ਆਂਦਾ ਖਸਮਾਂ ਨੂੰ ਖਾਓ, ਇਹਨੂੰ ਜਦੋਂ ਚੁੱਕਦੇ ਮੂਤਰ ਛੱਡਦਾ। ਉਹ ਪਿਓ ਨੇ ਮੂਤਰਨ ਵਾਲੇ ਪੁੱਤਰ ਨੂੰ ਇੰਜ ਪਨਾ ਕਰ ਦਿੱਤਾ। ਪਿਓ ਸਾਫ ਸੁਥਰੇ ਬੱਚੇ ਨਾਲ ਪਿਆਰ ਕਰਦਾ, ਤੇ ਬੱਚਾ ਜੇ ਨੱਕ ਵਗਦਾ ਹੋਏ ਨਾ ਤੇ ਵੇਖੇ ਜੇ ਪਿਓ ਨਹੀਂ ਪੂੰਝਦਾ, ਮਾਂ ਨੂੰ ਕਹਿੰਦਾ ਇਹਦਾ ਨੱਕ ਪੂੰਝਦਾ, ਤੂੰ ਨੀ ਪਿਓ ਤੂੰ ਪੂੰਝ ਲੈ ਇਹਦਾ ਨੱਕ ਪੂੰਝ, ਉਹ ਬੀਵੀ ਨੂੰ ਕਹਿੰਦਾ ਇਹਦਾ ਸੀਂਦ ਵਗਦਾ ਪਿਆ ਪੂੰਝ। ਮਾਂ ਹੈ ਜਿਹੜੀ, ਅੱਛਾ ਪਿਓ ਤੇ ਸੁਥਰੇ ਪੁੱਤਰ ਨਾਲ ਪਿਆਰ ਕਰਦਾ ਨਾ। ਅੱਗੋਂ ਜਵਾਨ ਹੋਇਆ ਪੁੱਤਰ, ਜਦੋਂ ਕਮਾਉਣ ਲੱਗ ਪਿਆ, ਜਿਹੜਾ ਪੁੱਤਰ ਕਮਾਊ ਪੁੱਤਰ ਹੈ, ਇੱਕ ਬਾਪ ਦੇ ਤਿੰਨ ਚਾਰ ਪੁੱਤਰ ਹੋਣ, ਇੱਕ ਕਮਾਉਂਦਾ ਇੱਕ ਨਹੀਂ ਕਮਾ, ਇੱਕ ਵੇਲੀਆਂ ਖਾਂਦਾ, ਤੇ ਪਿਓ ਹੀ ਕਹਿੰਦਾ ਹੈ ਹੱਟਾ ਕੱਟਾ ਹੈ ਰੋਟੀਆਂ ਪਾੜਦਾ। ਉਹ ਦੂਜੇ ਵੀ ਤਾਂ ਹੈ ਭਰਾ ਕੰਮ ਕਰ, ਜਾ ਤੂੰ ਵੀ ਜਾ ਕੇ ਕੰਮ ਕਰ, ਰੋਟੀਆਂ ਭੰਨਣ 'ਤੇ ਬੈਠਾ। ਉਹ ਪਿਓ ਉਹਨੂੰ ਤਾਨੇ ਦਏਗਾ ਨਖੱਟੂ ਪੁੱਤਰ ਨੂੰ। ਲੇਕਿਨ ਮਾਂ ਦੀ ਮੁਹੱਬਤ ਹੈ ਜਿਹੜੀ, ਮਾਂ ਦੀ ਮੁਹੱਬਤ ਹੋਰ ਤਰ੍ਹਾਂ ਦੀ, ਬਾਪ ਵੀ ਪਿਆਰ ਕਰਦਾ ਲੇਕਿਨ ਮਾਂ ਦੀ ਮੁਹੱਬਤ, ਮਾਂ ਦੀ ਮੁਹੱਬਤ ਇੰਝ ਕਿ ਜਿਹਦੇ ਨਾਲ ਸਾਰੇ ਜਿਹਨੂੰ ਨਫ਼ਰਤ, ਪਿਓ ਨਫ਼ਰਤ ਕਰਦਾ ਨਾ ਨਖੱਟੂ ਤੋਂ, ਖਸਮਾਂ ਨੂੰ, ਇਹ ਮੇਰਾ ਪੁੱਤਰ ਹੀ ਨਹੀਂ, ਇੱਥੇ ਕਮਾਉਂਦਾ ਹੀ ਨਹੀਂ, ਵਿਹਲਾ, ਇਹ ਕੰਮ ਨਹੀਂ ਕਰਦਾ, ਪੜ੍ਹਦਾ ਲਿਖ ਨਾ ਪੜ੍ਹਿਆ ਨਾ ਲਿਖਿਆ ਨਾ ਕੰਮ ਕਰਦਾ। ਮਾਂ ਵਿਚਾਰੀ ਕਹਿੰਦੀ ਵਿਚਾਰੇ ਨੇ ਇਹਨੂੰ ਹੀ ਸਾਰੇ ਡਾਂਟਦੇ ਰਹਿੰਦੇ ਨੇ, ਉਹ ਮਾਂ ਆਪਣੇ ਪੁੱਤਰ ਦੀ ਸਾਈਡ ਲੈਣਾ ਸ਼ੁਰੂ ਹੋ ਜਾਂਦੀ, ਪੁੱਤਰ ਤੋਂ ਮਾਂ ਚਿੜਦੀ, ਕਿਉਂ ਜਾਣਾ ਬਿਆ ਨਾ ਘਰੇਲੂ ਜ਼ਿੰਦਗੀ 'ਚ ਕਈ ਮਿਸਾਲਾਂ ਮਿਲਦੀਆਂ ਨੇ। ਮਾਂ ਪੱਖ ਕਰਦੀ ਹੈ ਗੰਦੇ ਮਨ ਦੇ ਪੁੱਤਰ ਦੀ। ਅੱਲਾਹ ਤਾਲਾ ਨੇ ਸਾਡੇ ਨਬੀ ਕਰੀਮ ਦੇ 99 ਨਾਵਾਂ 'ਚੋਂ ਇੱਕ ਨਾਂ ਰੱਖਿਆ ਨਬੀਯੁਦ ਉਮੀ, ਨਬੀ ਸਾਰੇ ਸੋਹਣੇ ਸਨ ਲੇਕਿਨ 1,24,000 ਵਿੱਚੋਂ ਉਮੀ ਨਬੀ ਸਿਰਫ ਆਮਨਾ ਦਾ ਲਾ, ਨਬੀਯੁਲ ਉਮੀ, ਕਿਉਂ ਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਹੈ ਨਾ, ਨਬੀ ਕਰੀਮ ਮਾਂ ਤੋਂ 70 ਗੁਣਾ ਜ਼ਿਆਦਾ ਆਪਣੀ ਆਪਣੇ ਗੁਨਾਹਗਾਰ ਉਮਤੀਆਂ ਨਾਲ ਪਿਆਰ ਫਰਮਾਉਂਦਾ। ਨਬੀ ਉਮੀ ਸਾਤੇ ਯੌਮੇ ਮੀਲਾਦੇ ਪਾਕ ਆ ਗਈ, ਸਾਤੇ ਯੌਮੇ ਮੀਲਾਦੇ ਪਾਕ ਆ ਗਈ, ਰੂਹੇ ਕੌਨੈਨ ਕੋ ਵਜਦ ਆਨੇ ਲਗਾ, ਰੂਹੇ ਕੌਨੈਨ ਕੋ ਵਜਦ ਆਨੇ ਲਗਾ, ਸਾਤੇ ਯੌਮੇ ਮੀਲਾਦੇ ਪਾਕ ਆ ਗਈ, ਰੂਹੇ ਕੌਨੈਨ ਕੋ ਵਜਦ ਆਨੇ ਲਗਾ, ਏਕ ਉਮੀ ਲਕਬ ਬਨ ਕੇ ਮਹਬੂਬ ਰੱਬ ਰਹਿਮਤੋਂ ਕੇ ਖਜ਼ਾਨੇ ਲੁਟਾਨੇ ਲਗਾ, ਏਕ ਉਮੀ ਆਖੋ ਸਾਰੇ, ਏਕ ਉਮੀ ਲਕਬ ਬਨ ਕੇ ਮਹਬੂਬ ਰੱਬ ਰਹਿਮਤੋਂ ਕੇ ਖਜ਼ਾਨੇ ਲੁਟਾਨੇ ਆ। ਇੱਥੇ ਹੁਣ ਇੱਕ ਰਿਵਾਇਤ ਸੁਣੋ, ਨਵੀ ਮੀਂਹ ਮੇ ਜਿੱਥੇ ਮੀਂਹ ਮੁਹੱਬਤ ਹੀ ਮੁਹੱਬਤ ਹੈ, ਉੱਥੇ ਰਿਵਾਇਤ ਹੈ ਕਿ ਇੱਕ ਕਬਲੇ ਇਸਲਾਮ ਹਿਜਰਤ ਤੋਂ ਪਹਿਲਾਂ ਇੱਕ ਮੁਸ਼ਰਿਕ ਪਿਆ ਆਉਂਦਾ ਸੀ ਮੱਕੇ ਵੱਲ, ਕਾਫਿਰ, ਉਹ ਨਖਲਸਤਾਨ ਚੋਂ ਗੁਜ਼ਰਿਆ, ਖਜੂਰਾਂ ਦਾ ਬਾਗ ਸੀ ਕੋਈ, ਉਹਦੇ ਥੱਲੇ ਗੁਜ਼ਰਦਾ ਪਿਆ ਸੀ, ਅਤੇ ਨਖਲ ਉਸ ਖਜੂਰਾਂ ਦੇ ਰੁੱਖ ਉੱਤੇ ਇੱਕ ਫਾਖਤਾ ਨੇ ਅੰਡੇ ਸੀਤੇ ਸਨ, ਘੁੱਗੀ ਦੇ ਬੱਚੇ ਸਨ ਉਸ ਆਲਣੇ ਵਿੱਚ ਫਾਖਤਾ ਦੇ, ਅਤੇ ਹੁੰਦਾ ਨਾ ਛੋਟੇ ਬੱਚੇ ਬਾਅਦ ਵਕਤ ਆਲਣਿਆਂ ਤੋਂ ਥੱਲੇ ਡਿੱਗ ਪੈਂਦੇ ਨੇ, ਇੱਕ ਫਾਖਤਾ ਦਾ ਬੱਚਾ ਥੱਲੇ ਡਿੱਗ ਪਿਆ, ਥੱਲੇ ਡਿੱਗਾ ਜਿਸ ਵੇਲੇ ਅਤੇ ਉਹ ਬੱਧੂ ਜਿਹੜਾ ਜਾ ਰਿਹਾ ਸੀ ਮੱਕੇ,
ਉਹਨੇ ਵੇਖਿਆ ਨਹੀਂ ਕਿ ਫਾਖਤਾ ਦਾ ਬੱਚਾ ਡਿੱਗ ਗਿਆ, ਤਾਂ ਬੱਦੂ ਨੂੰ ਪਕੜਨ ਵਾਸਤੇ ਦੌੜਿਆ ਉਸ ਘੁੱਗੀ ਦੇ ਬੱਚੇ ਨੂੰ, ਅਤੇ ਉਹਨੂੰ ਥੋੜ੍ਹੇ ਛੋਟੇ ਛੋਟੇ ਪਰ ਵੀ ਸਨ, ਹਲਕੀ ਜਿਹੀ ਉਡਾਨ ਉਹਨੇ ਲਈ, ਚਾਰ ਪੰਜ ਫੁੱਟ ਪਰੇ ਜਾ ਕੇ ਫਿਰ ਡਿੱਗ ਪਿਆ, ਬੱਦੂ ਫਿਰ ਪਿੱਛੇ ਗਿਆ। ਬਿਲ ਆਖਰ ਇਸ ਤਗੋ ਦੌ ਵਿੱਚ ਬੱਦੂ ਨੇ ਉਹਨੂੰ ਫੜ ਲਿਆ, ਫਾਖਤਾ ਦਾ ਬੱਚਾ ਫੜ ਲਿਆ ਪਕੜ ਕੇ, ਅਤੇ ਪਹਿਲਾਂ ਤਾਂ ਉਹਨੂੰ ਬੱਚੇ ਨੂੰ ਵੇਖਣ ਲੱਗ ਪਿਆ ਉਹ ਬੱਦੂ। ਉਹਦੇ ਕੀ ਖਿਆਲ ਆਇਆ, ਉਸ ਨੂੰ ਆਪਣੀ ਖੁੱਲ੍ਹੀ ਆਸਤੀਨ ਸੀ, ਉਹਦਾ ਐਸਾ ਬਾਜ਼ੂ ਖੋਲ੍ਹ ਕੇ ਨਾ, ਅਤੇ ਉਹਨੇ ਉਹ ਫਾਖਤਾ ਦਾ ਬੱਚਾ ਆਸਤੀਨ ਵਿੱਚ ਪਾ ਦਿੱਤਾ, ਅਤੇ ਇੰਝ ਹੱਥ ਬੰਨ੍ਹ ਕੇ ਨਾ, ਅਤੇ ਹਰਮ ਸ਼ਰੀਫ ਵਿੱਚ ਆ ਗਿਆ ਉਹ ਮੁਸ਼ਰਿਕ ਕਾਫਿਰ। ਹਰਮ ਵਿੱਚ ਆਇਆ, ਅੱਗੇ ਸਰਕਾਰੇ ਦੋ ਆਲਮ ਕਾਬੇ ਦਾ ਤਵਾਫ ਫਰਮਾ ਰਹੇ ਸਨ, ਹਜ਼ੂਰ ਤਵਾਫ ਕਾਬਾ ਫਰਮਾ ਰਹੇ ਸਨ। ਹਜ਼ੂਰ ਨੇ ਜਦੋਂ ਤਵਾਫ ਫਰਮਾ ਲਿਆ, ਤੇ ਉਹ ਬੱਦੂ ਕਹਿੰਦਾ ਯਾ ਮੁਹੰਮਦ ਸੱਲੱਲਾਹੁ ਅੰਤਾ ਨਬੀਉੱਲਾਹ, ਅੱਲਾਹ ਦੇ ਨਬੀ ਹੋ? ਮੈਂ ਅਲਹਮਦੁਲਿਲਾਹ ਅਨਾ ਨਬੀਉੱਲਾਹ, ਮੈਂ ਅੱਲਾਹ ਦਾ ਨਬੀ ਹਾਂ। ਤੇ ਬੱਦੂ ਕਹਿੰਦਾ ਅਗਰ ਅੱਲਾਹ ਦੇ ਨਬੀ ਹੋ ਤੇ ਦੱਸੋ ਹੈ ਮੇਰੀ ਆਸਤੀਨ ਵਿੱਚ ਕੀ ਹੈ? ਉਹ ਬੜਾ ਘੁੱਗੀ ਦਾ ਬੱਚਾ ਸੀ, ਦੱਸੋ ਇਹ ਕੀ ਹੈ? ਉਹ ਬੱਦੂ ਦੀ ਇੰਨੀ ਗੱਲ ਸੁਣ ਕੇ ਹਜ਼ੂਰ ਨੇ ਤਬੱਸਮ ਫਰਮਾਇਆ ਕਿ ਮੇਰੀ ਨਬੂਵਤ ਦੀ ਟੈਸਟਿੰਗ ਇੰਝ ਕਰ ਰਿਹਾ ਕਿ ਇਵੇਂ ਦੱਸ ਸਕਦੇ ਨੇ ਕਿ ਨਹੀਂ, ਅਤੇ ਮੈਂ ਫਰਮਾਇਆ ਤੇ ਜੇ ਮੈਂ ਦੱਸ ਦੇਵਾਂ, ਆਂਦਾ ਉਕਸੇ ਮਾ ਬਿੱਲਾ ਵਾਨਾ ਫਿਰ ਹਰਮ, ਮੈਨੂੰ ਅੱਲਾਹ ਦੀ ਕਸਮ ਮੈਂ ਹਰਮ 'ਚ ਖੜਾ, ਮੈਂ ਕਲਮਾ ਪੜ੍ਹ ਲਾਂ, ਦੱਸੋ ਇਹ ਕੀ? ਹਜ਼ੂਰ ਨੇ ਫਰਮਾਇਆ ਮੈਂ ਇਹ ਵੀ ਦੱਸਾਂਗਾ ਇਹ ਕੀ ਹੈ, ਅਤੇ ਇੱਕ ਗੱਲ ਐਸੀ ਦੱਸਾਂਗਾ ਜਿਹਦਾ ਤੈਨੂੰ ਵੀ ਨਹੀਂ ਪਤਾ। ਉਹਨੇ ਫਰਮਾਇਆ ਆਖ ਫਿਰ ਦੱਸੋ, ਦੱਸੋ ਫਿਰ। ਹਜ਼ੂਰ ਨੇ ਫਰਮਾਇਆ ਫਲਾਣੇ ਨਖਲਸਤਾਨ 'ਚੋਂ ਤੂੰ ਆ ਰਿਹਾ ਸੀ, ਅਤੇ ਫਾਖਤਾ ਦਾ ਬੱਚਾ ਇੱਕ ਤੂੰ ਪਕੜਿਆ, ਤੂੰ ਉਹ ਬੱਚਾ ਇਸ ਆਸਤੀਨ 'ਚ ਛੁਪਾਇਆ, ਔਰ ਮੇਰੀ ਨਬੂਵਤ ਦਾ ਇਮਤਿਹਾਨ ਲੈਣਾ ਹੈ। ਅਗਲੀ ਗੱਲ ਸੁਣ, ਤੂੰ ਤੇ ਬੱਚਾ ਛੁਪਾ ਲਿਆ ਨਾ, ਤੇ ਇਹਦੀ ਜਿਹੜੀ ਮਾਂ ਸੀ ਨਾ, ਉਹ ਆਲਣੇ ਵਿੱਚ ਵੇਖਦੀ ਪਈ ਸੀ ਇਸ ਬੱਚੇ ਦੀ ਮਾਂ, ਤੇ ਮਾਂ ਵੀ ਵੇਖਦੀ ਸੀ, ਤੇ ਮਾਂ ਨੇ ਆਪਣੀ ਜ਼ੁਬਾਨ ਵਿੱਚ ਆਖਿਆ ਰਾਈਆ ਤੈਨੂੰ ਤੇਰੀ ਔਲਾਦ ਦਾ ਵਾਸਤਾ, ਰਾਈਆ ਤੈਨੂੰ ਤੇਰੀਆਂ ਧੀਆਂ ਪੁੱਤਰਾਂ ਦਾ ਵਾਸਤਾ, ਮੇਰਾ ਲਖਤੇ ਜ਼ਿਕਰ ਜੁਦਾ ਨਾ ਕਰ। ਉਹ ਫਾਖਤਾ ਮਿੰਨਤਾਂ ਕਰਦੀ ਰਹੀ ਆਪਣੀ ਆਪਣੀ ਬੋਲੀ 'ਚ, ਤੇ ਤੂੰ ਉਹਦੀ ਇੱਕ ਨਹੀਂ ਸੁਣੀ, ਤੇ ਤੂੰ ਉਹਦਾ ਬੱਚਾ ਅਗਵਾ ਕਰਕੇ ਲੈ ਆਇਆ, ਪਕੜ ਕੇ ਲੈ ਆਇਆ, ਤੇ ਜੇ ਯਕੀਨ ਨਹੀਂ ਆਉਂਦਾ ਤੇ ਉਹ ਵੇਖ ਮੰਡੇਰ ਉੱਤੇ ਫਾਖਤਾ ਬੈਠੀ ਇਸ ਬੱਚੇ ਦੀ ਮਾਂ, ਤੇਰੇ ਆਉਣ ਤੋਂ ਪਹਿਲਾਂ ਇਹ ਫਾਖਤਾ ਮੇਰੇ ਕੋਲ ਆਈ, ਤੇ ਆ ਕੇ ਕਹਿੰਦੀ ਯਾ ਰਸੂਲ ਅੱਲਾ, ਮੈਂ ਤੁਹਾਡੀ ਉਮਤੀ ਹਾਂ, ਤੁਹਾਡੀ ਗੁਲਾਮ ਹਾਂ, ਤੁਹਾਡੇ ਇੱਕ ਮੱਕੀ ਨੇ, ਤੁਹਾਡੇ ਇੱਕ ਵਸਨੀਕ ਸ਼ਹਿਰੀ ਨੇ, ਮੇਰਾ ਬੱਚਾ ਅਗਵਾ ਕਰਾ ਲਿਆ, ਯਾ ਰਸੂਲ ਅੱਲਾ ਮੇਰੇ ਬੱਚੇ ਨੂੰ ਰਿਹਾਈ ਅਤਾ ਫਰਮਾਓ। ਹਜ਼ੂਰ ਨੇ ਫਰਮਾਇਆ ਵੇਖੋ ਸਾਹਮਣੇ ਫਾਖਤਾ। ਜਦੋਂ ਬੱਦੂ ਨੇ ਮੰਜ਼ਰ ਵੇਖਿਆ, ਸਾਹਬਾ ਨੇ ਵੀ, ਹਜ਼ੂਰ ਨੇ ਫਰਮਾਇਆ ਵੇਖ ਵੇਖੋ ਬੱਚੇ ਫਾਖਤਾ। ਅੱਲਾਹ, ਇਹ ਮੰਜ਼ਰ ਬੜਾ ਅਜੀਬ ਸੀ, ਸਾਹਬਾ ਕਰਾਮ ਪੇ ਵੇਖਦੇ ਨੇ, ਸਾਹਬਾ ਕਰਾਮ ਦੀ ਵੀ ਇਹ ਗੱਲ ਵੇਖ ਕੇ ਫਾਖਤਾ ਦਾ ਪਿਆਰ, ਮਾਂ ਸੀ ਨਾ, ਆਂਸੂ ਨਿਕਲ ਆਏ। ਉੱਥੇ ਹਜ਼ੂਰ ਨੇ ਫਰਮਾਇਆ ਸੁਣੋ, ਇਸ ਫਾਖਤਾ ਨੂੰ ਜਿਤਨਾ ਆਪਣੇ ਬੱਚੇ ਨਾਲ ਪਿਆਰ ਹੈ, ਮੈਨੂੰ ਕਸਮ ਹੈ ਉਸ ਰੱਬੇ ਜ਼ੁਲ ਜਲਾਲ ਦੀ ਜਿਹਦੇ ਕਬਜ਼ੇ 'ਚ ਮੇਰੀ ਜਾਨ ਹੈ, ਇਹਦੇ ਨਾਲੋਂ 70 ਗੁਣਾ ਜ਼ਿਆਦਾ ਮੈਨੂੰ ਆਪਣੀ ਉਮਤ ਨਾਲ ਪਿਆਰ ਹੈ। ਐਸ ਯਾਰੋ, ਐਸਾ ਕਰੀਮ, ਐਸਾ ਕਰੀਮ ਰਸੂਲ, ਐਸਾ ਸਖੀ ਰਸੂਲ, ਐਸਾ ਬੰਦਾ ਨਵਾਜ਼ ਰਸੂਲ, ਐਸਾ ਗਦਾ ਨਵਾਜ਼, ਕੌਣ ਹੈ ਰਸੂਲਾਂ 'ਚ ਐਸਾ? ਦੇਖੋ ਕੁਰਾਨ ਸ਼ਰੀਫ ਚਾਹੁੰਦਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦਾ ਜੁਮਲਾ ਕੁਰਾਨ 'ਚ, ਸਈਦਨਾ ਇਬਰਾਹੀਮ ਦਾ ਕੌਰ ਅੱਲਾ ਨੇ ਕੁਰਾਨ 'ਚ ਧਿਆਨ ਫਰਮਾਇਆ। ਇਬਰਾਹੀਮ ਆਪਣੇ ਰੱਬ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਯਾ ਅੱਲਾ, ਮੈਂ ਹਿਜਰਤ ਦਰ ਤੇਰੀ ਤੌਹੀਦ ਦਾ ਮੈਂ ਜਿੱਥੇ ਗਿਆ ਨਗਮੇ ਅਲਾ ਪਿੰਨ, ਯਾ ਅੱਲਾ ਤੇ ਜਿਹੜੇ ਮੇਰੇ ਆਖੇ ਨਹੀਂ ਲੱਗਦੇ ਹੁਣ ਮੇਰਾ ਤੇ ਉਹਨਾਂ 'ਤੇ ਵੱਸ ਨਹੀਂ ਚੱਲਦਾ,
من تبعنی فانه منی, یا اللہ جڑا میرے آکھے لگے او میرا ہے, ومن عصانی تے جڑا میرا آسی نافرما بردار ہے, جڑا میرا باغی ہے, انک غفور الرحیم, یا اللہ تو بخشن آ رہے تو غفور الرحیم. من تبعنی فانه منی, من تبعنی فإنه منی, ومن عصانی فإنك غفور الرحیم. یا اللہ جڑا میرے آنکھے لگے جڑا اتباع کرے وہ میرا ہے, ومن عصانی تے جڑا آکڑ خان جڑا باغی ہے, انک غفور. نبی رسول دا کرم ہے انہوں بھی اللہ دی رحمت دے حوالے کیتا ہے, فانک غفور الرحیم. مطلب ہے یا اللہ چنگے چنگے میرے تے مندے مندے تیرے, مفہوم ہی ہوئی ہے نا. من تبیا نہیں جڑا میری آنکھیں لگے وہ میرا ہے, وہ من آسانی تے جڑا باغی ہے, فانک غفور الرحیم, وہ تیری رحمت دے والے. تو فرمایا چنگے چنگے میرے تے مندے مندے یا اللہ تو غفور الرحیم. صدقے جائیے میلاد والے رسول تو آپ فرمانے یا اللہ چنگے چنگے تیرے, حاجی تیرے, نمازی تیرے, شب زندہ دار تیرے, عبادت گزار تیرے, قرآن خان تیرے, نمازاں پڑھن والے تیرے, حج کرن والے تیرے, یا اللہ چنگے چنگے تیرے, شفاعتی لأہل الکبائر من امتی, یا اللہ چنگے چنگے تیرے تے مندے مندے میرے. کون ہے رسول؟ النبی الامی, السلام امی استاد کل. اللہ زفاد بریلی فرمانے امی دقیقتان عالم, ایک ایسا امی ہے کائنات دیاں باریکیاں کھولی جا رہے, امی دقیقتان عالم, بے سایہ وہ صاحبان عالم, اپنا سایہ نہیں تے ساری کائنات تے سایہ ہے. امی دقیقہ دان عالم, بے سایہ و صاحبان عالم. السلام امیوں استاد کل. رومی کہنا صد ہزاراں جبرائیل اندر بشر. ایک کیسا بشر ہے, ہزاراں جبریل دے وچ, ایک کیسا بشر ہے, صد ہزاراں جبرائیل اندر بشر, بحر حق سوے غریباں یک نظر, بحر حق سوے غریباں یک نظر. امی تو میں عرض کر رہا ہوں جتھے میم ہے نا, جتھے میم اوتھے محبت, جتھے میم ہے اتھے محبت ہے. تے حضور دے اسم گرامی چ ترے میم ہیں, محمد. گویا اللہ تعالیٰ دا لطیف اشارہ ہے, میں محبوب ایسا بنایا ہے. اچھا تین میم نے, پہلی میم اے ملی ہے مولا نال, محمد دے نام دی میم, ادا ناتا ہے مولا نال, میم پہلی میم دا. آخر چ دال, یہ ناتا ہے دنیا دے نال, ایک ہاتھ مولا والے ایک ہاتھ دنیا والے. محمد میم دا ہاتھ
अल्लाह भी अल्लाह के हाथ च यदुल्लाह फौकाया थी अल्लाह के हाथ च नीम का हाथ अल्लाह के हाथ च ते दाल है जिहड़ी उहदा दुनिया के हाथ च हजूर दा हाथ तो अहले लतीफ उलमा फरमांदे ने कि मौला को रहमतां लई जांदा है दुनिया नूं दई जांदा है मौला को लई जांदा है ते दुनिया नूं तकसीम करी वल्लाहु युती व इन्नमा अना कासिम अल्लाह अता करदा है हुजूर हुजूर ने फरमाया अल्लाह देवन हार ए मैं वंडन हार अता अल्लाह देंदा है मैं वंडदा रब मोती है ये है कासिम रिज़्क उसका है खिलाते ये हैं ठंडा ठंडा मीठा मीठा पीते हम हैं पिलाते ये इन्ना आतैना कल कौसर सारी कसरत पाते ये है सल्लल्लाहु अलैहि वसल्लम सल्लल्लाहु अलैहि वसल्लम अल्लाह अल्लाह सैयदी या रसूल तो अर्ज़े मीम मीम मंबा मोहब्बत का और अल्लाह ने हुजूर नूं तीन मीमा अता फरमा के दसिया कि मुहब्बत दा खालिक ते मैं वां ते मुहब्बतां नूं तकसीम करन वाला जिहड़ा मंबा और मादा ने ये आमिना दा लाल जनाब मुहम्मद मुस्तफा है मुहम्मद रसूलुल्लाह दोस्तों गुजारिश है और नसीर साहब का बड़ा एक खूबसूरत शेर है जिदा दूसरा मिसरा जो कि जो बख्शवाने पे आए तो बख्शवा के चले नसीर कौन है ऐसा रसूलों में रसूल ऐसा जो बख्शवाने पे आए तो बख्शवा के चले तो ये महफिल मीलाद है हजूर हजूर दी तशरीफ आवरी एडा करमा वाला नबी एडिया रहमतां लुटाण वाला नबी ऐसा प्यारा रसूल दुनिया विच तशरीफ ले आए ते नबी करीम दियां दबां उते अपनी उम्मत दा नाम सी जिहदे मुहद्दिसीन ने रिवायात लिखियां ने हजूर दा जो मीलाद होया ते दाई हलीमा सादिया हलीमा दी रिवायत है नबी पाक की मुर्दिया सरकार नूं दुध पिलाने वाली खुश नसीब हलीमा कोई महफिल मिलाद उदों तक सजदी नहीं जद तक हलीमा का जिक्र ना हो जिन्हें खुश नसीब जिहदी आगोश विच नबूवत का गुलाब आया बड़ी तूने तौकीर पाई हलीमा कोई मिलाद सजदा ही नहीं जब तक हलीमा का जिक्र ना हो तिश्ना है महफिल मिलाद जिदा ही हलीमा का जिक्र ना हो बड़ी तूने तौकीर पाई हलीमा बड़ी तूने तौकीर पाई हलीमा के है तू मोहम्मद की दाई हलीमा के है तू मोहम्मद हुआ तेरा खुशबू से घर भर मुअत्तर हुआ तेरा खुशबू से घर भर मुअत्तर ये किस बाग से फूल लाई हलीमा बड़ी तूने तो साहबजादा नसीरुद्दीन साहब ये तो अकबर वारसी दे शेर सन साहबजादा नसीरुद्दीन साहब फरमाते फरमाते ने मुबारक तुझे ये बड़ाई हलीमा
मुबारक तुझे मुबारक तुझे ये बड़ाई हलीमा बड़े हिल्म वाले को लाई हलीमा बड़े हिल्म वाले को मुबारक तुझे ये बड़ाई हलीमा बड़े हिल्म वाले को खुद हलीमा सा दिया खुद अपना किस्सा बयान कर दिया ने हलीमा कहदियां ने फरमादियां ने मैं अपने जिस कबीले विच सां मेरे कबीले विच कैद सी फाका कशी सी ते बड़े तंग दिन सन ते मैं मक्के आई मौसम के बच्चियां नूं दुध पिलाण दा मौसम मैं कोई बच्चा लै के आवां ते दुध पिलाना पेशा सी हलीमा सादिया दा तो बच्चा लैना आई मैं आई जदों मक्के च मैं जिस दरवाजे ते जानी आ ਉਹ ਅੱਗੋਂ ਜਵਾਬ ਮਿਲਦਾ ਕਿ ਫਲਾਣੀ ਦਾਈ ਬੱਚਾ ਲੈ ਗਈ ਫਲਾਣੀ ਦਾਇਆ ਲੈ ਗਈ ਸਾਡੇ ਬੱਚੇ ਫਲਾਣੀ ਦੁੱਧ ਪਿਲਾਉਣ ਵਾਸਤੇ ਬੱਚੇ ਲੈ ਗਈ ਹਨ ਮੈਂ ਬੜੀ ਮਾਯੂਸ ਹੋਈ ਮੈਨੂੰ ਕੋਈ ਬੱਚਾ ਨਾ ਮਿਲਿਆ ਮੈਂ ਪਹਾੜੀ 'ਤੇ ਚੜ੍ਹਨੀ ਹਾਂ ਕਦੀ ਉੱਤੇ ਆਉਂਦੀ ਹਾਂ ਕਦੀ ਥੱਲੇ ਆਉਂਦੀ ਹਾਂ ਮੱਕੇ ਦੇ ਮਕਾਨਾਤ ਦਰਵਾਜ਼ੇ ਖੜਕਾਉਂਦੀ ਹਾਂ ਕਿ ਕੋਈ ਮੈਨੂੰ ਮੈਂ ਖਾਲੀ ਹੱਥ ਨਾ ਜਾਵਾਂ ਅਤੇ ਜੇ ਖਾਲੀ ਗਈ ਤਾਂ ਸਾਰਾ ਸੀਜ਼ਨ ਮੇਰਾ ਜਿਹੜਾ ਗੁਰਬਤ 'ਚ ਗੁਜ਼ਰੇਗਾ ਹਲੀਮਾ ਕਹਿੰਦੀਆਂ ਨੇ ਕਿ ਮੈਂ ਬੜੀ ਪਰੇਸ਼ਾਨ ਵਿੱਚ ਫੇਰਨਾ ਸਾਂ ਅਤੇ ਇੱਕ ਮਾਈ ਇੱਕ ਬੁੱਢੜੀ ਔਰਤ ਮਿਲੀ ਮੈਨੂੰ ਤੂੰ ਕਹਿੰਦੀ ਹਲੀਮਾ ਤੂੰ ਬੜੀ ਪਰੇਸ਼ਾਨ ਹੈ ਹਲੀਮਾ ਕਹਿੰਦੀਆਂ ਨੇ ਅੰਮਾ ਜੀ ਮੈਂ ਆਈ ਸਾਂ ਕੋਈ ਬੱਚਾ ਮਿਲ ਜਾਏ ਦੁੱਧ ਪਿਲਾਉਣ ਵਾਸਤੇ ਅਤੇ ਮੈਂ ਉਸ ਦੀ ਖਿਦਮਤ ਕਰਾਂ ਅਤੇ ਮੈਨੂੰ ਮੁਆਵਜ਼ਾ ਮਿਲੇਗਾ ਮੈਨੂੰ ਬੱਚਾ ਕੋਈ ਨਹੀਂ ਮਿਲਿਆ ਜਿਸ ਘਰ ਜਾਂਦੀ ਹਾਂ ਪਤਾ ਚੱਲਦਾ ਫਲਾਣੀ ਦਾਈ ਬੱਚਾ ਲੈ ਗਈ ਤੂੰ ਮੈਂ ਬੜੀ ਮਾਯੂਸ ਹਾਂ ਉਹਨੇ ਆਖਿਆ ਧੀਏ ਗੱਲ ਇਹ ਇੱਕ ਘਰ ਮੈਂ ਤੈਨੂੰ ਦੱਸਦੀ ਹਾਂ ਹੈ ਹੀ ਅਤੇ ਉੱਥੇ ਕਿਸਮਤ ਅਜ਼ਮਾ ਕੇ ਵੇਖ ਇੱਕ ਘਰ ਹੈ ਵੇ ਜਿੱਥੇ ਅਜੇ ਬੱਚਾ ਨਹੀਂ ਦਾਈ ਨੇ ਗਿਆ ਅਤੇ ਜਾ ਅਜ਼ਮਾ ਕੇ ਵੇਖ ਤੂੰ ਵੀ ਹਲੀਮਾ ਮੈਂ ਕਹਿੰਦੀਆਂ ਮੈਂ ਸ਼ੁਕਰੀਆ ਅਦਾ ਕਰਕੇ ਮੈਂ ਪਹਾੜੀ ਚੜ੍ਹੀ ਉੱਤੇ ਮੈਂ ਜਿੱਥੇ ਆਈ ਉਸ ਮਕਾਨ 'ਤੇ ਪੁੱਛਿਆ ਮੈਂ ਪਤਾ ਪੁੱਛਦੀ ਰਹੀ ਉਹਨੇ ਕਿਹਾ ਕਿ ਜਾ ਕੇ ਅਬਦੁਲ ਮੁਤਲਿਬ ਦਾ ਘਰ ਪੁੱਛਣਾ ਬੈਤ ਅਬਦੁਲ ਮੁਤਲਿਬ ਦਾ ਘਰ ਕਿਹੜਾ ਆਉਂਦੀ ਲੱਭਦੀ ਲੱਭਦੀ ਮੈਂ ਅਬਦੁਲ ਮੁਤ ਬੈਤ ਅਬਦੁਲ ਮੁਤਲਿਬ ਪੁੱਛਦੀ ਪੁੱਛਦੀ ਆਈ ਅਤੇ ਮੈਂ ਦਰਵਾਜ਼ਾ ਨਾਕ ਕੀਤਾ ਹਲੀਮਾ ਕਹਿੰਦੀ ਦਰਵਾਜ਼ਾ ਖਟਖਟਾਇਆ ਹਲੀਮਾ ਕਹਿੰਦੀਆਂ ਨੇ ਕਿ ਮੈਂ ਖੜ੍ਹੀ ਹਾਂ ਅਤੇ ਦਰਵਾਜ਼ਾ ਖੁੱਲ੍ਹਿਆ ਅਤੇ ਮੈਂ ਵੇਖਿਆ ਇੱਕ ਬੜੇ ਖੂਬਰੂ ਬਜ਼ੁਰਗ ਦਰਾਸ ਕਾਮਤ ਔਰ ਸਿੰਗਲ ਬਾਡੀ ਦੁਬਲਾ ਪਤਲਾ ਜਿਸਮ ਅਤੇ ਕੁਸ਼ਾਦਾ ਚਿਹਰਾ ਕੁਸ਼ਾਦਾ ਜ਼ਮੀਨ ਸਫੇਦ ਰੀਸ਼ ਚਿੱਟੀ ਪੱਗ ਅਤੇ ਹਸੀਨ ਬੜੇ ਖੂਬਸੂਰਤ ਇੱਕ ਬਜ਼ੁਰਗ ਫਰਮਾਉਂਦੇ ਨੇ ਬੇਟੀ ਕਿੱਧਰ ਆਈ ਕਿੱਧਰ ਆਈ ਹਲੀਮਾ ਕਹਿੰਦੀਆਂ ਨੇ ਮੈਂ ਅਰਜ਼ ਕੀਤੀ ਜਨਾਬ ਮੈਂ ਤਾਂ ਆਈ ਹਾਂ ਪੇਸ਼ਾ ਵਰਤ ਆਈ ਹਾਂ ਦੁੱਧ ਪਿਲਾਉਣਾ ਮੇਰਾ ਪੇਸ਼ਾ ਮੈਂ ਬੱਚਾ ਤਲਾਸ਼ ਕਰਦੀ ਕਰਦੀ ਆਈ ਹਾਂ ਮੈਂ ਬੱਚਾ ਲੈਣ ਆਈ ਹਾਂ ਇਹ ਹਲੀਮਾ ਸਾਦੀ ਆਪਣਾ ਖੁਦ ਕਿੱਸਾ ਸੁਣਾ ਰਹੀ ਹਾਂ ਮੈਂ ਇੱਕ ਅਰਬੀ ਕਿਤਾਬ ਦਾ ਤਰਜਮਾ ਕੀਤਾ ਜਾਮਿਨ ਮੌਜਜ਼ਾਤ ਫੀ ਸੈਯਰ ਖੈਰ ਬੁਰੀਯਾਤ ਉਹਦੇ 'ਚ ਇਹ ਵਾਕਿਆ ਮੌਜੂਦ ਹੈ ਸਾਰਾ ਮੈਂ ਹਲੀਮਾ ਕਹਿੰਦੀਆਂ ਨੇ ਮੈਂ ਬਜ਼ੁਰਗਾਂ ਨੂੰ ਆਦਾਬ ਆਦਾਬ ਅਰਜ਼ ਕੀਤਾ ਧੀਏ ਕਿੱਧਰ ਆਈ ਹੈ ਮੈਂ ਅਰਜ਼ ਕੀਤੀ ਬਜ਼ੁਰਗੋਂ ਮੈਂ ਦਾਈ ਹੈ ਅੱਛਾ ਤੂੰ ਦਾਈ ਹੈ ਉਹ ਬਜ਼ੁਰਗ ਫਰਮਾਉਂਦੇ ਨੇ ਅੱਛਾ ਅੱਛਾ ਤੂੰ ਦੁੱਧ ਪੇਸ਼ਾਵਰ ਦਾਈ ਹੈ ਕਿੰਨੀਆਂ ਕੁ ਬੱਚੀਆਂ ਨੂੰ ਦੁੱਧ ਪਿਲਾ ਚੁੱਕੀ ਉਹ ਬਜ਼ੁਰਗ ਪੁੱਛਦੇ ਨੇ ਉਹਨਾਂ ਕਿਹਾ ਮੈਂ ਬੜੇ ਬੱਚੇ ਜਿਹੜੇ ਨੇ ਮੈਂ ਪਾਲੇ ਨੇ ਔਰ ਮੈਂ ਬੜੀ ਸ਼ੋਹਰਤ ਹੈ ਮੇਰੀ ਬੱਚਿਆਂ ਦੀ ਪਰਵਰਿਸ਼ ਮੈਂ ਤਜਰਬਾਕਾਰ ਬਜ਼ੁਰਗ ਕਹਿੰਦੇ ਨੇ ਇਹ ਪਹਿਲਾਂ ਦੱਸ ਤੇਰਾ ਨਾਂ ਕੀ ਤੇਰਾ ਨਾਮ ਕੀ ਹਲੀਮਾ ਕਹਿੰਦੀਆਂ ਨੇ ਮੈਂ ਅਰਜ਼ ਕੀਤੀ ਇਸਮੀ ਹਲੀਮਾ
ਤੇ ਬਜ਼ੁਰਗ ਮੁਸਕਰਾ ਕੇ ਫਰਮਾ ਨੇਮ ਅਲ ਇਸ, ਸੋਹਣਾ ਨਾਮ ਤੇਰਾ, ਅੱਛਾ ਨਾਮ ਹੈ। ਬਜ਼ੁਰਗ ਫਰਮਾਉਂਦੇ ਸੋਹਣਾ ਨਾਮ ਤੇਰਾ ਹਲੀਮਾ, ਹਿਲਮ ਵਾਲੀ ਗੁਦਾਸ ਵਾਲੀ ਰਿਕਤ। ਹਲੀਮਾ ਦੇ ਹਿਲਮ ਦੇ ਜਿਹੜੇ ਮਾਨੇ ਨੇ ਕਈ ਮਾਨੇ ਨੇ, ਰਿਕਤ ਇੱਕ ਕਲ, ਗੁਦਾਸ ਇੱਕ ਕਲ। ਹਿਲਮ ਦਾ ਤਕਾਜ਼ਾ ਹੈ, ਹਿਲਮ ਉਦੋਂ ਹੁੰਦਾ ਜਦੋਂ ਅੱਖ 'ਚ ਆਂਸੂ ਆਏ, ਉਹਦੀ ਅਲਾਮਤ ਆਂਸੂ। ਹਿਲਮ ਸੋਹਣਾ ਨਾਂ ਹੈ ਤੇਰਾ ਹਲੀਮਾ। ਅੱਛਾ ਅੱਛਾ ਅੱਛਾ, ਠੀਕ, ਨਾਂ ਚੰਗਾ ਪੁੱਤੀ, ਇਹ ਤੇਰਾ ਨਾਂ ਚੰਗਾ। ਇਹ ਰਿਵਾਇਤ ਮੈਂ ਜਦੋਂ ਪੜ੍ਹੀ ਨਾ, ਤੇ ਮੈਂ ਫਿਰ ਚਸ਼ਮੇ ਤਸੱਵਰ ਨਾਲ ਸੋਚਿਆ, ਇਹ ਤੇ ਇੰਟਰਵਿਊ ਹੈ ਜਿਹੜਾ ਅਬਦੁਲ ਮੁਤਲਿਬ ਲੈ ਰਹੇ, ਦਾਈਆਂ ਦੇ ਇੰਟਰਵਿਊ ਹੋ ਰਹੇ। ਦੁੱਧ ਪਿਲਾਉਣਾ, ਕਿੰਨੇ ਦੁੱਧ ਪਿਲਾਉਣਾ ਮੇਰੇ ਸੋਹਣੇ ਮੁਹੰਮਦ ਨੂੰ, ਉਹ ਕਿਹੜੀ ਖੁਸ਼ਨਸੀਬ ਹੋਏਗੀ ਜਿਹੜੀ ਮੇਰੇ ਸੋਹਣੇ ਮੁਹੰਮਦ ਨੂੰ ਦੁੱਧ ਪਿਲਾਏਗੀ। ਇਹ ਇੰਟਰਵਿਊ ਲੈ ਰਹੇ ਨੇ ਅਬਦੁਲ ਮੁਤਲਿਬ, ਤੇਰਾ ਨਾਂ ਕੀ ਹੈ? ਹਲੀਮਾ। ਅੱਛਾ, ਸੋਹਣਾ ਨਾਂ ਹੈ। ਅਤੇ ਤੂੰ ਹਲੀਮਾ ਦੁੱਧ ਪਿਲਾਉਣਾ ਕਦੋਂ ਦਾ ਸ਼ੁਰੂ ਕੀਤਾ ਜੀ? ਹਲੀਮਾ ਕਹਿੰਦੀਆਂ ਨੇ, ਮੈਂ ਅਰਜ਼ ਕੀਤੀ ਬਜ਼ੁਰਗੋ, ਮੈਂ ਖਾਨਦਾਨੀ ਦਾਈ, ਮੇਰੀ ਮਾਂ ਸੀ, ਮੇਰੀ ਚਾਚੀ ਦਾਈ ਅਤੇ ਫਲਾਣੀ ਦਾਈ ਅਤੇ ਕੁਝ ਰਿਸ਼ਤੇ ਗਿਣੇ। ਦੁੱਧ ਪਿਲਾਉਣਾ ਸਾਡਾ ਖਾਨਦਾਨੀ ਪੇਸ਼ਾ। ਬਜ਼ੁਰਗ ਫਰਮਾਉਂਦੇ ਨੇ, ਹਾਂ, ਖਾਨਦਾਨਾਂ ਵਿੱਚ ਰਿਵਾਇਤ ਹੁੰਦੀਆਂ ਨੇ, ਖਾਨਦਾਨੀ ਲੋਕ ਰਿਵਾਇਤ ਰੱਖਦੇ ਨੇ, ਇਹ ਵੀ ਗੱਲ ਠੀਕ ਹੈ। ਮੈਂ ਅੱਛਾ ਅੱਛਾ, ਅਤੇ ਹਲੀਮਾ ਇੱਕ ਗੱਲ ਹੀ, ਮੇਰਾ ਬੱਚਾ ਯਤੀਮ ਹੈ, ਅਤੇ ਯਤੀਮ ਨੂੰ ਦੁੱਧ ਪਿਲਾ ਲੇਗੀ? ਮਤਲਬ ਯਤੀਮ ਸਿਰ 'ਤੇ ਬਾਪ ਨਹੀਂ, ਬਾਪ ਦਾ ਸਾਇਆ ਨਹੀਂ, ਅਤੇ ਉਹ ਖਿਦਮਤ ਦੁੱਧ ਪਿਲਾ ਕੇ ਨਰਸ ਨੂੰ ਜਿਹੜੀ ਖਿਦਮਤ ਹੋਣੀ, ਕੌਣ ਕਰੇਗਾ? ਹਲੀਮਾ ਕਹਿੰਦੀਆਂ, ਮੈਂ ਦਿਲ 'ਚ ਆਖਿਆ ਖਾਲੀ ਜਾਣ ਨਾਲੋਂ ਬਿਹਤਰ ਹੈ। ਮੈਂ ਆਖਿਆ ਜੀ, ਮੈਂ ਤਾਂ ਵੀ ਮੈਂ ਦੁੱਧ ਪਿਲਾਵਾਂਗੀ। ਅਤੇ ਜਿਸ ਵੇਲੇ ਮੈਂ ਗੱਲ ਕੀਤੀ ਨਾ, ਅਤੇ ਉਹ ਬਜ਼ੁਰਗ ਮੁਸਕਰਾਏ ਅਤੇ ਕੰਡ ਉੱਤੇ ਹੱਥ ਰੱਖ ਕੇ ਥਪਕੀ ਦੇ ਕੇ ਕਹਿੰਦੇ, ਚੱਲ ਫਿਰ ਮੈਂ ਤੈਨੂੰ ਆਪਣਾ ਪੁੱਤਰ ਵਿਖਾਵਾਂ। ਸਰਕਾਰ ਰਿਵਾਇਤ 'ਚ ਕਿ ਹਜ਼ੂਰ ਦੀ ਵਾਲਿਦਾ ਮੁਕਰਮਾ ਸੈਯਦਾ ਅਮਿਨਾ ਸਲਾਮੁਲਲਾਹ ਅਲੈਹਾ ਦਾਇਆਂ ਬਾਜ਼ੂ ਨੇ ਨਬੀ ਕਰੀਮ ਦੀ ਅੰਮੀ ਜਾਨ, ਚਾਰਪਾਈ 'ਤੇ ਲੇਟੀਆਂ ਨੇ ਸੈਯਦਾ ਅਮਿਨਾ, ਅਤੇ ਦਾਏ ਬਾਜ਼ੂ 'ਤੇ ਹਜ਼ੂਰ ਦਾ ਸਰੇ ਮੁਕੱਦਸ, ਹਜ਼ੂਰ ਦਾ ਸਰ ਮੁਬਾਰਕ, ਆਪਣੀ ਅੰਮੀ ਹਜ਼ੂਰ ਦੇ ਦਾਏ ਬਾਜ਼ੂ 'ਤੇ, ਔਰ ਉੱਤੇ ਚਾਦਰ ਦਿੱਤੀ ਸੈਯਦਾ ਅਮਿਨਾ ਨੇ, ਹਜ਼ੂਰ ਦੇ ਮੁਖੜੇ ਉੱਤੇ ਚਾਦਰ ਦਿੱਤੀ। ਹਲੀਮਾ ਕਹਿੰਦੀਆਂ ਨੇ, ਮੈਂ ਗਈ, ਮੈਂ ਆਖਿਆ ਅਮਿਨਾ, ਮੈਂ ਦਾਈ ਹਾਂ, ਸੁਣਿਆ ਤੇਰੇ ਕੋਲ ਪੁੱਤਰ ਹੋਇਆ ਅਤੇ ਮੈਂ ਚਾਹੁੰਦੀ ਹਾਂ ਮੈਂ ਦੁੱਧ ਪਿਲਾਵਾਂ। ਅੱਗੋਂ ਦੇਖੋ ਨਬੀ ਕਰੀਮ ਦੀ ਮਾਂ ਦਾ ਜਵਾਬ, ਮੈਂ ਬੇਟੀ ਮੈਨੂੰ ਨਾ ਪੁੱਛ, ਦਾਦੇ ਨੂੰ ਪੁੱਛ ਜਾ ਕੇ, ਜਨਾਬੀ ਅਬਦੁਲ ਮੁਤਲਿਬ ਹੱਕ ਉਹਨਾਂ ਦਾ, ਯਾਨੀ ਮਾਂ ਨੇ ਦਾਦਾ ਜਾਨ ਦਾ ਹੱਕ ਦਿੱਤਾ ਹੈ, ਦਾਦੇ ਨੂੰ ਪੁੱਛ। ਹਲੀਮਾ ਕਹਿੰਦੀਆਂ ਨੇ, ਮੈਂ ਪੁੱਛਾਂ ਹੀ ਹਾਂ। ਅੱਛਾ, ਪੁੱਛ, ਉਹਨਾਂ ਇਜਾਜ਼ਤ ਦੇ ਦਿੱਤੀ? ਜੀ ਹਾਂ, ਇਜਾਜ਼ਤ ਦੇ ਦਿੱਤੀ। ਅੱਲਾਹ ਅਕਬਰ। ਹਲੀਮਾ ਨੂੰ ਅਬਦੁਲ ਮੁਤਲਿਬ ਲੈ ਕੇ ਜਦੋਂ ਆਉਂਦੇ ਨੇ, ਅਤੇ ਹਲੀਮਾ ਦਾ ਬਿਆਨ ਹੈ ਕਿ ਸੈਯਦਾ ਅਮਿਨਾ ਲੇਟੀਆਂ ਨੇ ਜੀ ਬਾਜ਼ੂ 'ਤੇ, ਹਜ਼ੂਰ ਦਾ ਸਿਰ ਮੁਬਾਰਕ ਉੱਤੇ ਚਾਦਰ, ਅਤੇ ਹਲੀਮਾ ਨੂੰ ਸੈਯਦਾ ਅਮਿਨਾ ਕਹਿੰਦੀਆਂ, ਅਮਿਨਾ ਨੂੰ ਹਲੀਮਾ ਕਹਿੰਦੀਆਂ ਨੇ, ਅਮਿਨਾ ਮੈਂ ਦਾਈ ਹਾਂ, ਮੈਂ ਬੱਚਾ ਦੁੱਧ ਪਿਲਾਉਣ ਪੇਸ਼ਾ ਮੇਰਾ, ਅਤੇ ਸੁਣਿਆ ਤੇਰਾ ਪੁੱਤਰ, ਮੈਂ ਪੁੱਤਰ ਵੇਖਣਾ ਤੇਰਾ। ਹਲੀਮਾ ਕਹਿੰਦੀਆਂ ਨੇ, ਮੈਂ ਜਦੋਂ ਅਰਜ਼ ਕੀਤੀ ਮੈਂ ਤੇਰਾ ਬੇਟਾ ਵੇਖਣਾ, ਅਤੇ ਨਬੀ ਕਰੀਮ ਦੀ ਅੰਮੀ ਜਾਨ ਨੇ ਉਹ ਚਾਦਰਾਂ 'ਚ ਦਸਤੇ ਮੁਬਾਰਕ ਨੇ ਚੁੱਕੀ। ਅੱਛਾ, ਤੇਰੇ ਲਫਜ਼ ਨੇ ਰਿਵਾਇਤ ਵਿੱਚ, ਹਲੀਮਾ ਕਹਿੰਦੀਆਂ ਨੇ, ਮੈਨੂੰ ਇੰਜ ਲੱਗਾ ਜਿਵੇਂ ਬਦਲਾ ਦੀ ਓਠ ਵਿੱਚੋਂ ਚੌਦਵੀਂ ਦਾ ਚੰਨ ਨਿਕਲ ਆਇਆ ਹੈ। ਜਦੋਂ ਚਾਦਰ ਹਟਾਈਏ ਅਤੇ ਹਜ਼ੂਰ ਦਾ ਮੈਨੂੰ ਮੁੱਖੜਾ ਇੰਝ ਲੱਗਿਆ ਜਿਵੇਂ ਬਦਲੀ ਦੀ ਓਟ 'ਚੋਂ ਚੰਨ ਨਜ਼ਰ ਆ ਗਿਆ। ਹਲੀਮਾ ਕਹਿੰਦੀਆਂ ਨੇ, ਮੈਂ ਸ਼ਿੱਦਤ ਮੁਹੱਬਤ ਨਾਲ ਇੰਨਾ ਲਾਡ ਆਇਆ ਮੈਨੂੰ ਸਰਕਾਰ ਦੀ,
ਸ਼ਾਨ ਇਹਨਾਂ ਹਲੀਮਾਂ ਦੀ, ਉਹ ਯਾਰੋ ਜਿਹਦੀ ਖਾ ਕੇ ਪਾ ਨੂੰ ਸਹਿਕਨੇ ਆ, ਹਲੀਮਾਂ ਉੱਠਦਿਆਂ ਬਹਿੰਦਿਆਂ ਉਹਨਾਂ ਲਬਾਂ ਦੇ ਬੋਸੇ ਰਹਿੰਦੀ ਹੈ। ਕਿਤਨੀ ਖੁਸ਼ਨਸੀਬੀ, ਬੜੀ ਤੂੰ ਤੌਕੀਰ ਪਾਈ ਹਲੀਮਾ, ਕਿ ਹੈ ਤੂੰ ਮੁਹੰਮਦ ਕੀ ਦਾਈ ਹਲੀਮਾ, ਹੁਆ ਤੇਰਾ ਖੁਸ਼ਬੂ ਸੇ ਘਰ ਭਰ ਮੁਅੱਤਰ, ਯੇ ਕਿਸ ਬਾਗ ਸੇ ਫੂਲ ਲਾਈ ਹਲੀਮਾ, ਔਰ ਮੁਬਾਰਕ ਤੁਝੇ ਮੁਬਾਰਕ ਤੁਝੇ ਯੇ ਬੜਾਈ ਹਲੀਮਾ, ਬੜੇ ਹਿਲਮ ਵਾਲੇ ਕੋ ਲਾਈ ਹਲੀਮਾ। ਹਲੀਮਾ ਕਹਿੰਦੀਆਂ ਨੇ ਮੈਂ ਕਿਹਾ ਮੈਂ ਤੇਰਾ ਪੁੱਤਰ ਵੇਖਣਾ। ਫਰਮਾਨੀਆਂ ਇੰਝ ਲੱਗਾ ਜਿਵੇਂ ਚੌਦਵੀਂ ਚੰਦ ਨਿਕਲਿਆ, ਮੈਂ ਬੇਸਾਖਤਾ ਹੋ ਕੇ ਹਜ਼ੂਰ 'ਤੇ ਚੁੱਕੀ, ਹਜ਼ੂਰ ਚਾਰਪਾਈ 'ਤੇ ਸੁਣਿਆ ਚੁੱਕੀ ਕਿ ਚੁੰਮਾ। ਹਲੀਮਾ ਕਹਿੰਦੀਆਂ ਨੇ ਮੈਂ ਜਿਸਲੇ ਚੁੱਕੀ ਹਾਂ ਅਤੇ ਨਬੀ ਕਰੀਮ ਸੁੱਤੇ ਸਨ ਅਤੇ ਅੱਖਾਂ ਖੋਲ ਕੇ ਹਜ਼ੂਰ ਮੁਸਕਰਾਉਣ ਲੱਗ ਪਏ, ਸਰਕਾਰ ਮੁਸਕਰਾਏ ਦਾਈ ਦਾ ਚਿਹਰਾ ਵੇਖ ਕੇ, ਹਜ਼ੂਰ ਨੇ ਤਬਸਮ ਫਰਮਾਇਆ। ਹਲੀਮਾ ਕਹਿੰਦੀਆਂ ਨੇ ਮੈਂ ਜੋ ਹਜ਼ੂਰ ਨੇ ਹਾਸੀ ਜਦੋਂ ਹਾਸੇ ਨੇ ਮੈਨੂੰ ਹੋਰ ਵੀ ਪਿਆਰੇ ਲੱਗੇ। ਆਹਾ ਹਾ, ਜਿਸ ਕੀ ਤਸਕੀਨ ਸੇ ਰੋਤੇ ਹੋਏ ਹੰਸ ਪੜੇ, ਉਸ ਤਬਸਮ ਕੀ ਆਦਤ ਪੇ ਲਾਖੋਂ ਸਲਾਮ। ਜਿਸ ਕੀ ਤਸਕੀਨ ਸੇ ਰੋਤੇ ਹੋਏ ਹੰਸ ਪੜੇ, ਜਿਸ ਕੇ ਕਦਮੋਂ ਪੇ ਸਜਦਾ ਕਰੇ ਜਾਨਵਰ, ਮੂੰਹ ਸੇ ਬੋਲੇ ਹਜ਼ਰ ਦੇ ਗਵਾਹੀ ਸ਼ਜਰ, ਜਿਸ ਕੇ ਕਦਮੋਂ ਪੇ ਸਜਦਾ ਕਰੇ ਜਾਨਵਰ, ਮੂੰਹ ਸੇ ਬੋਲੇ ਹਜ਼ਰ ਦੇ ਗਵਾਹੀ ਸ਼ਜਰ, ਹੈ ਵੋ ਮਹਬੂਬ ਰੱਬ ਮਾਲਿਕੇ ਬਰੋਬਰ, ਸਾਹਿਬ ਰਜਾਤੇ ਸ਼ਮਸ ਵ ਸ਼ਕੁਲ ਕਮਰੀ, ਨਾਇਬ ਦਸਤੇ ਕੁਦਰਤ ਪੇ ਲਾਖੋਂ ਸਰ ਮੁਸਤਾ। ਅੱਲਾਹ ਮੀਲਾਦ ਵਾਲੇ ਅਕਲ, ਇਹ ਬੱਚਾ ਜੇ ਬੋਲਦਾ ਫਿਰ ਦੇਖੋ ਨਾ ਸ਼ਾਨ ਹੈ ਨਾ। ਅੱਛਾ, ਇਸ ਬੱਚੇ ਨੂੰ ਕੀ ਪਤਾ ਨਾਰਾ ਕਦੋਂ ਮਾਰਦਾ, ਲੇਕਿਨ ਉਹ ਹਜ਼ੂਰ ਦੀ ਮਹਿਫਲ 'ਚ ਬੈਠਾ। ਇਹ ਤਾਂ ਉਹ ਜ਼ਿਕਰ ਹੈ ਜਿਹੜਾ ਜਾਨਵਰਾਂ ਨੂੰ ਵੀ ਤੜਪਾ ਦਿੰਦਾ। ਆਹ, ਦੀਨੋ ਦੁਨੀਆ ਦੀਏ ਮਾਲ ਔਰ ਜ਼ਰ ਦੀਆ। ਆਹ, ਮੀਲਾਦ ਵਾਲੇ ਨੇ ਕੀ ਕੁਝ ਅਤਾ ਕੀਤਾ। ਦੀਨੋ ਦੁਨੀਆ ਦੀਏ ਮਾਲ ਔਰ ਜ਼ਰ ਦੀਆ, ਦਾਮਨੇ ਮਕਸਦੇ ਜ਼ਿੰਦਗੀ ਭਰ ਦੀਆ, ਦਾਮਨੇ ਦੀਨੋ ਦੁਨੀਆ ਦੀਏ ਮਾਲ ਔਰ ਜ਼ਰ ਦੀਆ, ਹੂਰੋ ਖਿਲਮਾ ਦੀਏ ਖੁਲਦੋ ਕੌਸਰ ਦੀਆ, ਔਰ ਦਾਮਨੇ ਮਕਸਦੇ ਜ਼ਿੰਦਗੀ ਭਰ ਦੀਆ। ਹੱਥ ਜਿਸ ਸਮਤ ਉੱਠਾ, ਹੱਥ ਜਿਸ ਸਮਤ ਉੱਠਾ ਖਨੀ ਕਰ ਦੀਆ, ਮੌਜੇ ਬਹਿਰੇ ਸਮਾਹਤ ਪਿਲਾ ਖੋਸ, ਮੌਜੇ ਬਹਿਰੇ ਸਮਾਹਤ ਪੇ ਲਾਖੋ ਮੁਸਤਫਾ ਜਾਨ। ਅੱਜ ਦੀ ਰਾਤ ਹੈ ਹੀ ਸਲਾਮ ਦੀ, ਅੱਜ ਦੀ ਰਾਤ ਜਬਰੀਲ ਵੀ ਸਲਾਮ ਪੜ੍ਹਦਾ ਹੀ ਆਇਆ ਸੀ, ਉਹ ਵੀ ਮਲਾਇਕਾ ਦਰੂਦ ਪੜ੍ਹਦਾ ਹੀ ਆਇਆ ਸੀ, ਅਤੇ ਚੌਂਪੜੀ 'ਤੇ ਜਦੋਂ ਉਹਨਾਂ ਜੁਰਮਟ 'ਚ ਲੈ ਲਈ ਸੀ ਚੌਂਪੜੀ। ਸਦਕੇ ਯਾਰ, ਮੈਂ ਉਸ ਕੁੱਲੀ ਤੋਂ ਸਦਕੇ ਜਾਂ ਜਿਹਨੂੰ ਤਾਰੇ ਟੁੱਟ ਟੁੱਟ ਸਲਾਮੀਆਂ ਦੇ ਰਹੇ ਨੇ।
देखो ना हजूर दा मीलाद दा मौका जोड़ा रात है अल्लाह रात दा खात्मा है रात मुकदी 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 जो तो अखीरी किनारा रात दा आया ते उदे बाद फिर पहला किनारा जिन्हों के ने सुबह काजे रात दा आखरी किनारा उधरों सुबह दा आगाज फितरत इशारा कर रही कि आज दी रात जुलमत दी तारीकी जुलमात ते अंधेरियां दी आखरी रात है जुल्म सितम जोर तशद्दुद आखरी रात है आज सिया रात आखरी है ते आज दी सुबह नूरे मोहम्मद दा सवेरा होने वाला है नूरे मोहम्मद दा सवेरा होने वाला है आला जमाने के कुर्बान जाइए उस लम्हे तो जो आफ्ताब महताब तलू है हजूर दी उस जिस सुहानी घड़ी आहा दीन दुनिया का जिस सुहानी घड़ी चमका तैबा का चांद तैबा का चांद एक आसमान का चांद है ना ये तैबा का चांद तैबा मदीने का नाम है मदीने के आसमान में एक नाम तैबा है तैबा ताबा तीबा तैयबा ये सब मदीने के नाम है अच्छा तैबा का चांद अल्लाह सुभान जी सुहानी वो घड़ी कितनी सुहानी सी सुहाना मौसम सुहानी घड़ी जिस सुहानी घड़ी चमका तैबा का जिस सुहानी घड़ी चमका तैबा का चांद उस दिल अफरोज साथ पेला खो सलाम मुस्तफा जाने रहमत पेला शमे बज में हिदाय उनकी आंखों का नम हजूर दी नमनाक अखां गमे उम्मत विच हजूर दे आंसू उनकी आंखों का नम उम्मती का भरम हजूर दी आंखां दी नमी गुनागारों दा भरम उनकी आंखों का नम उम्मती का भरम और उनकी जुल्फों का खम वो काकुले पेचा या रसूलल्लाह वल्लैल तेरे काकुल पेचा के लिए है वल्लैल वल्लैल तेरे काकुल पेचा के लिए है वल्लैल तेरे काकुल पेचा के लिए है और वशम्स का सेहरा रुखे ताबा के लिए है या रसूल अल्लाह वल्लैल वल्लैल तेरे काकुल पेचा के लिए है वल्लैल तेरे काकुल पेचा के लिए है और वशम्स का सेहरा रुखे तामा के लिए है अल्लाह या रसूल ऐसा रसूल ऐसा प्यारा रसूल गदा नवाज उम्मत नवाज
ਜਿਹੜਾ ਕਹਿੰਦਾ ਯਾ ਅੱਲਾ ਗੰਦੇ ਚੰਗੇ ਚੰਗੇ ਤੇਰੇ ਤੇ ਮੰਦੇ ਮੰਦੇ ਮੇਰੇ, ਸ਼ਫਾਅਤ ਹੀ ਲਿਆ ਫਿਰ ਕਬਾਇਓ। ਆਹਾ, ਹਜ਼ੂਰ ਦਾ ਮਿਲਾਦ ਸਜਾਇਆ ਜੇ, ਅੱਲਾਹ ਤਾਲਾ ਕਬੂਲ ਫਰਮਾਏ। ਸਰਕਾਰ ਦੀ ਆਮਦ ਦੀ ਰਾਤ ਹੈ, ਬਖਤਾਂ ਵਾਲੀ ਘੜੀ, ਇਹ ਲਮਹਾਤ ਕਰੀਬ ਆ ਰਹੇ ਨੇ। ਜਦੋਂ ਤਹਿਬਾ ਦਾ ਚਾਂਦ ਤਰੂ ਹੋਇਆ ਸੀ, ਉਹ ਲਮਹੇ ਕਰੀਬ ਆ ਰਹੇ ਨੇ। ਤੁਸੀਂ ਖੁਸ਼ਨਸੀਬ ਹੋ, ਅੱਜ ਦੀ ਰਾਤ ਹਜ਼ੂਰ ਦੇ ਜ਼ਿਕਰ ਵਿੱਚ ਗੁਜ਼ਾਰ ਰਹੇ ਹੋ। ਇਹ ਲਮਹੇ ਸਾਡੀ ਜ਼ਿੰਦਗੀ ਦਾ ਸਰਮਾਇਆ ਨੇ, ਜਿਹੜੇ ਹਜ਼ੂਰ ਦੀ ਯਾਦ ਵਿੱਚ ਜਿਹੜੇ ਲਮਹਾਤ ਗੁਜ਼ਰ ਜਾਣੇ, ਇਹੋ ਹੀ ਜ਼ਿੰਦਗੀ। ਆਹ ਯਾ ਰਸੂਲ ਅੱਲਾ, ਉਸਨੇ ਸਰਕਾਰ ਅੱਲਾ ਹਜ਼ਰਤ ਫਾਜ਼ਲ ਬਰੇਲਵੀ ਆਸ਼ਿਕੇ ਮੁਸਤਫਾ, ਅੱਲਾ ਹਜ਼ਰਤ ਫਾਜ਼ਲ ਬਰੇਲਵੀ ਆਪ ਅੱਲਾ ਹਜ਼ਰਤ ਦਾ ਕਲਾਮ ਪੜ੍ਹੋ ਨਾ, ਅਤੇ ਜਿਹੜੇ ਅਹਿਲੇ ਜ਼ੌਕ ਹਜ਼ਰਾਤ ਨੇ, ਇੱਕ ਵਾਧਾ ਹੈ ਇਸ਼ਕੇ ਮੁਸਤਫਾ ਸੈਰਾਬ ਕੀਤਾ ਅਹਿਮਦ ਰਜ਼ਾ ਨੇ ਹਜ਼ੂਰ ਦੀ ਮੁਹੱਬਤ ਨਾਲ। ਕਾਸ਼ ਮਹਿਸ਼ਰ ਦੇ ਦਿਨ ਵਿੱਚ ਜਦੋਂ ਸਰਕਾਰ ਦੀ ਆਮਦ ਹੋਏਗੀ, ਅੱਛਾ ਹਜ਼ੂਰ ਦੀ, ਕਾਸ਼ ਉਹ ਮੈਂ ਹੰਗਾਮਾ ਮਹਿਸ਼ਰ ਜਦੋਂ ਹਸ਼ਰ ਹੋ ਜਾਣਾ, ਅਤੇ ਪਿਓ ਨੇ ਪੁੱਤਰ ਨੂੰ ਨਹੀਂ ਪਛਾਣਨਾ, ਅਤੇ ਪੁੱਤਰ ਨੇ ਬਾਪ ਨੂੰ ਨਹੀਂ ਪਛਾਣਨਾ, ਮਾਂ ਦੁੱਧ ਪਿਲਾਉਂਦੇ ਬੱਚਿਆਂ ਨੂੰ ਭੁੱਲ ਜਾਏਗੀ, ਅਤੇ ਜੋ ਨਫਸੀ ਦਾ ਆਲਮ ਹੋਣਾ, ਅਤੇ ਉਸ ਆਲਮ ਵਿੱਚ ਇੱਕੋ ਹੀ ਹਸਤੀ ਹੋਏਗੀ ਜਿਹੜੀ ਫਰਮਾਉਂਦੀ ਹੋਏਗੀ ਅਨਾ ਦਹਾ ਅਨਾ ਦਹਾ। ਕਹੇਂਗੇ ਸਾਰੇ ਨਬੀ ਇਜ਼ਹਬੂ ਇਲਾ ਗੈਰੀ, ਸਭ ਨਬੀ ਕਹਿਣਗੇ ਇਜ਼ਹਬੂ ਇਲਾ ਗੈਰੀ। ਇਹ ਬੁਖਾਰੀ ਸ਼ਰੀਫ ਹੈ, ਇਹ ਜੁਮਲਾ ਕਿਆਮਤ ਵਾਲੀ ਜਿਹੜਾ ਲਵੇ ਉਮਤਾਂ ਦੇ ਲੱਭ ਉੱਤੇ ਜਿਹੜਾ ਜੁਮਲਾ ਹੋਣਾ, ਜਾਣਾ ਉਹਨਾਂ ਕੋਲ ਨਬੀਆਂ ਕੋਲ, ਅਤੇ ਅੱਗੋਂ ਨਬੀਆਂ ਕਹਿਣਾ ਇਜ਼ਹਬੂ ਇਲਾ ਗੈਰੀ। ਕੀ ਮਨ ਹੈ? ਕਿਸੇ ਹੋਰ ਗੈਰ ਕੋਲ ਜਾਓ, ਜਿਹੜੀ ਆਉਂਦੇ ਨਾ ਅੱਜ ਕਿ ਗੈਰ ਅੱਲਾ ਕੋਲੋਂ ਨਹੀਂ ਮੰਗਣਾ, ਗੈਰ ਅੱਲਾ ਕੋਲੋਂ ਨਾ ਮੰਗੋ, ਅਤੇ ਇਜ਼ਹਬੂ ਸਾਰੇ ਕਹਿਣਗੇ ਜਾਓ ਗੈਰ ਵੱਲ ਜਾਓ, ਸਾਰੇ ਗੈਰ ਅੱਲਾ ਵਾਲੀ ਟੋਲ, ਨਵੀਆਂ ਕਹਿਣਾ ਨਾ, ਨਵੀਆਂ ਨਾਂ ਲੈ ਕੇ ਕਹਿਣਾ ਇਜ਼ਹਬੂ ਇਲਾ ਗੈਰੀ, ਨਵੀਆਂ ਕਹਿਣਾ ਮੇਰੇ ਜਾਓ, ਗੈਰ ਅੱਲਾ ਕੋਲ ਟੋਲਣਾ ਨਵੀਆਂ ਨੇ। ਅੱਛਾ, ਇਜ਼ਹਬੂ ਇਲਾ ਗੈਰੀ ਆਲਾ ਫਰਮਾਉਂਦੇ ਨੇ, ਸਾਰੇ ਨਬੀ ਇਹ ਕਹਿਣਗੇ ਇਜ਼ਹਬੂ ਗੈਰੀ, ਅਤੇ ਹਜ਼ੂਰ ਨੇ ਸ਼ਫਾਤ ਦੀਆਂ ਬਾਹਾਂ 'ਚ ਖੋਲ੍ਹੀਆਂ ਹੋਣਗੀਆਂ। ਹਜ਼ੂਰ ਨੇ ਬਾਜ਼ੂ ਸ਼ਫਾਤ, ਉਹ ਕਹਿੰਦੇ ਨਾ ਆਸ਼ਿਕੇ ਮੁਸਤਫਾ ਜਾਮੀ, ਜੋ ਬਾਜ਼ੂ ਸ਼ਫਾਤ ਰਾ ਕੁਸ਼ਾਈ ਪਰ ਗੁਨਾਹਗਾਰਾਂ, ਮਕੁਨ ਮਹਿਰੂਮ ਜਾਮੀ ਰਾ ਦਰਾਂ ਆ ਯਾ ਰਸੂਲ ਅੱਲਾ। ਤਨਮ ਫਰਸੂ ਦਾ ਜਾਂ ਪਾਰਾ ਜ਼ੇ ਹਿਜਰਾਂ ਯਾ ਰਸੂਲ ਅੱਲਾ, ਤਨਮ ਫਰਸੂਦਾ ਤਨਮ, ਹਜ਼ੂਰ ਟੁੱਟ ਗਿਆ ਮੈਂ, ਟੁੱਟਿਆ ਮੈਂ ਟੁੱਟ ਚੁੱਕਾ ਯਾਰ ਸੁੱਲਾ, ਮੈਂ ਟੁੱਟ ਚੁੱਕਾ ਬਿਖਰ ਚੁੱਕਾ। ਤਨਮ ਫਰਸੂਦਾ ਜਾਂ ਪਾਰਾ ਜ਼ੇ ਹਿਜਰਾਂ ਯਾ ਰਸੂਲ ਅੱਲਾ, ਤਨਮ ਫਰਸੂਦਾ ਤਨਮ ਫਰਸ ਬਲਬਮ ਰਸੀਦਾ ਜਾਨਮ,
महबूबा हुण ते जान मेरियां लबां ते आ गई। बलबम रसीदा जानम, जान निकलदी 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 हुण लबां तक आ गई। ते आखरी हिचकी दा मुआमदा है, छेती बौड़ी वे तबीबा। आ बुल्ले शाह कहने, छेती बौड़ी वे तबीबा, नी ते मैं मर गई। आ तबीबे जुमला इल्लत हाय मा, ए तबीबे जुमला इल्लत हाय मा, ए साड़ियां सारियां दुखां दिया दारूआ। ए तबीबे जुमला इल्लत हाय मा, शाद बाद इश्के मा सौदाए मा, बलबम रसीदा जानम, हुण ते जान लबां ते आ गई। ते आ जा तबीबा, छेती बौड़ी वे तबीबा। बलबम रसीदा जान, हमाया हुआ ने सहरा, सरे खुद ने हादा बर कफ, बउमीद आके रोजे बशकार खाहिया, खबरम रसीद इन शब। आज राती महबूब ने आवा, मैनू खबर मिली आज राती महबूब आ रहा है। ए विलादत दी रात है, खबर खबरम रसीद इन शब के निगार खाहिया, पता चलिया महबूब ने आना है। आह जामी तेरी कबर दी मिट्टी नु सलाम, इश्क च गुन गुन के जामी दा कलाम पढ़ो ना, कुश्ता है इश्क मुस्तफा। खबरम रसीद इन शब के निगार खाहिया मद, महबूब ने आना है। वह कहते ने सरे मन फिदाए राहे के सवार खाहिया, महबूबा तू जो अबलक, आह ए अबलक सवारा, ए अबलक सवारा ते शाह सवारा तू आ रही है, ते मैं अपनिया अखा ते अपनिया जुल्फां फरचे राह कर जा, आ मेरिया पलकां ते चल के आ, आ महबूबा मेरिया मेरिया अखा ते चल के आ। ए आमद मुस्तफा दी रात है, आसी साहब ज़ियाउल मुस्तफा, आसी साहब हकीम साहब फरमा रहे, सुल्तान उवाइज़ीन कुछ अशार ने। अच्छा और मौलाना हसन का भी एक शेर है, हसन मियाँ गुनाहगार जड़े ने मैशर के मैदान, मैशर के मैदान वारंट निकले ने, फड़ लो हसन गुनाहगार है ना, फलाने के वारंट इशू हो गए, फड़ो हसन। ते अगों हसन अपने नात फरमाने, अच्छा फिर फड़ लो मैनू, हिम्मत है जे ते फड़ लो, अच्छा फड़ो फड़ो अस गुनाहगार हसन, ते फरमाने हिम्मत है जे ते फड़ लो। फिर सुनो हसन दा, हसन दा कला कला बड़ा खूबसूरत सी शेर, ढूंढा ही करें सदरे कयामत के सिपाही, सिपाही लभ दे पे ने, फड़ो ढूंढा लभ लो, फिर लभ दे पे ने हसन किथे, फड़ो फड़ो गुनाहगार। आ ढूंढा ही करें सदरे कयामत के सिपाही, पर वो किसको मिले जो तेरे दामन में छुपा हो। जिहड़ा हजूर दे आगोश रहमत च आ जाए,
फड़ सकता है। जनाब अर्जे साढ़े गुजरात के चौधरी ने साढ़े नाल गुआंढी ते ओ इलेक्शन के दिन सन ते जलसे दे विच आई मैं ते अल्लाह पुछे कारी मुनीर साहब मेरे साथी सन रात का सफर सी ते खतरा है भी कोई डाकू चाकू ना पै जाण ते कारी मुनीर हस के मैनू कहिंदे फिकर ना करो कोई नहीं डाकू आउंदा ए सारे चौधरी इस इलेक्शन मसरूफ होए जे डाके मरवाते ने अजकल इलेक्शन मसरूफ हो कोई तक जरूरत नहीं घबराने की। अच्छा ए जिन्हें डाकू होंगे ना ये अगुए इन्होंने गुमाश के कमिश्नर पनाह देंगे ने यो वडेरे डेरे जाओ फलानी जगह डाका मार दो इन्ने परसन थोड़ा इन्ने परसन साढ़ा तो खुद डाके मरवाते तो जनाब गुजारिश है कि जोड़ा चौधरी की हवेली च आ जाए जी बड़ा महफूज हो गया भी डाकू का खतरा नहीं डाकुआ की पनाह च आया जोड़ा अगे ही डाकू ने उन्होंने और किसी डाकू की पैना डाकुआ की पनाह च और जोड़ा डाकुआ की पनाह च आ जाए वो बड़ा जनाब इतरांदा है कि मैं खौफ कोई नहीं तो जोड़ा मुस्तफा की पनाह बच्च आया हुआ हजूर दी जिन हजूर की ओठ नसीब हो जाए हजूर का दामा ने करम नसीब हो जाए हजूर का पला जिन्हें फड़ लिया करम सब पर है कोई हो कहीं हो सुल्तान रुवाज़ीन दा शेर करम सब पर है करम सब पर है कोई हो कहीं हो करम सब पर है कोई हो कहीं हो तुम ऐसे रहमतुल्लिलआलमी हो या रसूल अल्लाह तुम ऐसे रहमतुल्लिलआलमी अल्लाह ताला हजूर का सदका कल सुबह जुलूस भी है जुलूस शामिल हो बावजू होके अच्छा लिबास पहन के सुरमा लगा के तेल लगा के खुशबूयात लगा के उजले कपड़े सुथरे कपड़े पहन के अपने आका दे जरूर शामिल होवो और ये दरूदा ते सलामा दी जड़ी लहर चलनी है उस लहर च शामिल हो जाओ ये चलदी चलदी नहर फिर गुंबद खतरा तक पहुँचनी है तो इस धारे विच शामिल हो जाओ सुबह जलूस है अल्लाह ताला जलूस भी शामिल होना जलूस और मैं भी चूंकि कुछ थकन भी है कुछ मैं बीमारी के असरात भी ने अच्छा अल्लाह ताला का करम है अल्हम्दुलिल्लाह नकाहत है लेकिन एक सरकार का गल है जब तक दम में जब तक दम है जिक्र उनका सुनाते जाए दम में जब तक दम है जिक्र उनका सुनाते जाए अल्लाह अकबर अल्लाह ताला कबूल फरमाए मैं उलमा हज़रत दा भी हज़रत दा शुक्रिया अदा करना अल्लाह पाक थोड़ी महफिल कबूल फरमाए बड़ी रौनक की थी तुसें बड़ा अहले मुहब्बत सौ और थोड़ी दा एह जी दात देंदे रहे कि मैं और बहुता पुट होर मच्छरदा रही हाँ थोड़ी दात उत्ते अच्छा अल्लाह ताला सलाम आखिर दावाना अलहम्दुलिल्लाह रब्बिल आलमीन।